ਸਾਡੇ ਕੋਲ ਜਿੰਨਾ ਵੀ ਆਇਆ ਉਹਨਾਂ ਹੀ ਨੁਕਸਾਨ ਅਸੀਂ ਚੀਮੇ ਦਾ ਕਰਨਾ ਹਰ ਕੀਮਤ ਤੇ ਹਰ ਹੀਲੇ ਤੇ ਤੇ ਰਾਣਾ ਗੁਰਜੀਤ ਜੀ ਇੱਥੋਂ ਜਿੱਤਣ ਗਏ ਤੇ ਸਾਰਿਆਂ ਨੂੰ ਪਤਾ ਲੱਗ ਜਾਊਗਾ ਉੱਪਰਲੇ ਲੀਡਰਾਂ ਨੂੰ ਵੀ ਜਿਨ੍ਹਾਂ ਨੇ ਟਿਕਟ ਦੇ ਕੇ ਉੱਤੇ ਚੀਮਾ ਨੂੰ ਗਲਤੀ ਕੀਤੀ ਆ ਇੰਦਰ ਪ੍ਰਤਾਪ ਕੋਈ ਆ ਏਰੀਏ 'ਚ ਨਹੀਂ ਆਇਆ ਇੰਦਰ ਪ੍ਰਤਾਪ ਆਇਆ ਤੇ ਬਾਬੇ ਨਾਨਕ ਨੇ ਸਾਡੀਆਂ ਅਰਦਾਸਾਂ ਕਰਕੇ ਘਲਾਇਆ ਸਾਡੀਆਂ ਅਰਦਾਸਾਂ ਨਾ ਹੁੰਦੀਆਂ ਤੇ ਇਹਨੇ ਸਾਨੂੰ ਇਹਨੂੰ ਆ 4 ਮਹੀਨੇ ਇਲੈਕਸ਼ਨ ਪਹਿਲਾਂ ਕੀ ਸੀ ਸੁਲਤਾਨਪੁਰ ਦੀ 4 ਮਹੀਨੇ ਇਹ ਕਹਿੰਦਾ ਬੰਦਾ ਵਿਰੋਧੀ ਕੋਈ ਨਹੀਂ ਬਾਬੇ ਨਾਨਕ ਨੇ ਸਾਡੀਆਂ ਅਰਦਾਸਾਂ ਸੁਣ ਕੇ ਇੰਦਰ ਪ੍ਰਤਾਪ ਨੇ ਘਲਾਇਆ ਅੱਜ ਮੈਂ ਜੋ ਸੀਟ ਜਿੱਤਣੀ ਹੈ ਇਹ ਤਾਂ ਛੱਡ ਕੇ ਭੱਜੂਗਾ ਟਿਕਟ ਮੈਂ ਤੁਹਾਨੂੰ ਵਹਿ ਦੇਣਾ ਗੱਲ ਕਹਿੰਦਾ ਔਰ ਰਿਕਾਰਡ ਅੱਜ ਤੋਂ 12-13 ਦਿਨਾਂ ਨੂੰ ਤੁਸੀਂ ਇੱਥੇ ਟਾਈਮ ਤੇ ਇਹੋ ਲੈਓ ਆਪਦਾ ਸਮਾਨ ਸਾਰਾ ਇੱਥੇ ਇਕੱਠਾ ਕਰਕੇ ਜੇ ਇਹ ਟਿਕਟ ਛੱਡ ਕੇ ਨਾ ਭੱਜਾ ਤੇ ਸਾਨੂੰ ਨੀਵੇਂ ਸੰਭਾਲ ਲਓ ਅਸੀਂ ਮਾਫੀ ਮੰਗਾਂਗੇ ਤੁਹਾਡੇ ਕੋਲੋਂ ਇੱਥੇ ਸਾਰੇ ਕਹਿੰਦੇ ਕੋਈ ਕਹਿੰਦੇ ਮੇਤੇ ਪਰਚਾ ਹੋਗਾ ਕੋਈ ਕਹਿੰਦੇ ਮੇਤੇ ਪਰਚਾਗਾ ਤੁਸੀਂ ਬੜਾ ਠੋਕ ਕੇ ਗੱਲ ਕਰਦੇ ਹੋ ਜੇ ਤੁਹਾਨੂੰ ਹੀ ਡਰ ਲੱਗਦਾ ਵੀ ਜੇ ਸਰਕਾਰ ਆ ਗਈ ਨਵਤੇਜ ਚੀਮਾ ਜਿੱਤ ਗਿਆ ਤੇ ਪਰਚੇ 'ਚ ਮੈਂ ਕਹਾਂ ਜੀ ਇਹ ਦੂਜੀ ਗੱਲ ਉਹ ਡਾਇਨਾਸੌਰ ਤੇ ਆ ਸਕਦਾ ਇਹ ਦੁਬਾਰਾ ਨਹੀਂ ਆਉਂਦਾ ਇਹਦਾ ਵਜਨ ਛੋਟਾ ਸੀ ਲੋਕਾਂ ਨੇ ਇਹਨੂੰ ਤਾਂ ਜ਼ਿਆਦਾ ਚੱਕਤਾ ਇਹ ਹੰਕਾਰ ਗਿਆ ਵੀ ਮੇਰੇ ਬਰੱਬ ਦਾ ਲੀਡਰ ਕੋਈ ਨਹੀਂ ਪਰ ਜੜਾਂ ਤੋਂ ਬਿਨਾ ਟਾਣੀਆਂ ਪੱਤੇ ਕਿਸੇ ਕੰਮ ਦੇ ਨਹੀਂ ਹੁੰਦੇ ਬਸ ਉਹੀ ਗੱਲ ਹੋਈ ਜੀ ਚੀਮਾ ਸਾਹਿਬ ਨਾਲ ਟਾਣੀਆਂ ਪੱਤੇ ਜਿਹੜੇ ਆ ਉਹ ਸੁੱਕ ਜਾਣੇ ਆ ਰੂਟਸ ਨੇ ਫਿਰ ਇਹਨੇ ਮੁੱਢ ਸਾਰੇ ਪੁੱਟਦੇ ਆ ਟੋੜ ਲਈ ਮੁੱਢ ਕੋਈ ਨਹੀਂ ਛੱਡਿਆ ਪੱਤੇ ਹੈਗੇ ਉਹ ਕਿੱਦਾਂ ਸੁੱਕ ਜਾਣੇ ਉਹ ਤੇ ਝਾੜੀ ਜਾਣੇ ਆ ਜੇ ਰਾਣਾ ਜੀ ਇੱਥੇ ਨਾ ਆਉਂਦੇ ਤੇ ਕਾਂਗਰਸ ਖਤਮ ਹੀ ਇਸ ਬੰਦੇ ਨੇ ਕਾਂਗਰਸ ਖਤਮ ਕਰ ਦਿੱਤੀ ਸੀ ਪਰ ਨਵਤੇਜ ਚੀਮਾ ਦਾ ਚੜ੍ਹਦਾ ਸੂਰਜ ਆ ਜੇ ਤਾਂ ਚੜ੍ਹਦਾ ਸੂਰਜ ਨਹੀਂ ਇਹ ਡੁੱਬਿਆ ਆਇਆ ਸੂਰਜ ਵਾ ਚੜ੍ਹਦਾ ਹੈਗਾ ਜਦੋਂ ਦੋਏ ਕਿਸੇ ਨੂੰ ਨਹੀਂ ਕਦਾ ਦੇਖਦਾ ਜੇ ਰਾਣਾ ਇੰਦਰ ਪ੍ਰਤਾਪ ਨਾ ਹੁੰਦੇ ਤਾਂ ਤੁਸੀਂ ਸਾਰੇ ਕਿੱਥੇ ਹੁੰਦੇ ਅਸੀਂ ਕੈਪਟਨ ਆ ਅਸੀਂ ਤੇਜ ਨਾਲ ਥੋੜੇ ਜਾਣਾ ਸੀ ਕੈਪਟਨ ਹਰਮਿੰਦਰ ਨਾ ਸੀ ਜੇ ਰਾਣਾ ਜੀ ਨਾ ਆਉਂਦੇ ਤੁਸੀਂ ਅਕਾਲੀਆ ਜਾਣਾ ਸੀ ਹਾਂ ਮੇਰਾ ਕੰਪਲੈਕਸ ਆ ਮੈਂ ਉੱਥੇ ਕੈਪਟਨ ਹਰਮਿੰਦਰ ਦਾ ਦਫ਼ਤਰ ਖਲਾਇਆ ਤੁਸੀਂ ਵੀ ਅਕਾਲੀਆ ਜਾਣਾ ਸੀ ਅਸੀਂ ਪੱਕੇ ਗਏ ਸੀ ਜੀ ਤੁਸੀਂ ਅਸੀਂ ਤੱਕੇ ਅਕਾਲੀ ਸੀ ਅਕਾਲੀ ਦਲ 'ਚ ਰਹਿਣਾ ਸੀ ਲੋਕਾਂ ਨੇ ਲੋਕੀ ਕਹਿੰਦੇ ਆ ਵੀ ਜਿੱਥੇ ਰਾਣਾ ਉੱਥੇ ਜਾਣਾ ਉੱਥੇ ਜਾਣਾ ਤੇ ਬਹੁਤ ਵੱਡਾ ਕ੍ਰੇਜ਼ ਆ ਆ ਜੋਸ਼ ਤੁਹਾਡੇ ਸਾਹਮਣੇ ਆ ਬਹੁਤ ਵੱਡੀ ਹਵਾ ਰਾਣਾ ਸਾਡਾ ਰਾਣਾ ਸਾਡਾ ਰਾਣਾ ਜਿੱਥੇ ਰਾਣਾ ਉੱਥੇ ਜਾਣਾ ਉਹੋ ਜਿਹੀਆਂ ਗੱਲਾਂ ਚੱਲ ਰਹੀਆਂ ਇਸ ਵੇਲੇ ਅਸੀਂ ਹਲਕਾ ਸੁਲਤਾਨਪੁਰ ਲੋਧੀ ਦੇ ਵਿੱਚ ਪਹੁੰਚੇ ਹਾਂ ਇੱਕ ਪਾਸੇ ਦਾ ਪੰਜਾਬ ਦੇ ਵਿੱਚ ਪੰਜ ਕੋਨੇ ਮੁਕਾਬਲੇ ਹੈਗੇ ਆ ਪਰ ਹਲਕਾ ਸੁਲਤਾਨਪੁਰ ਪੂਰੇ ਪੰਜਾਬ ਨਾਲੋਂ ਵੱਖਰਾ ਲੱਗ ਰਿਹਾ ਇੱਥੇ 6 ਕੋਨੇ ਮੁਕਾਬਲੇ ਹੈਗੇ ਆ ਜਿੱਥੇ ਕਿ ਬਹੁਤ ਵੱਡੀ ਟੱਕਰ ਜਿਹੜੀ ਮਿਲਦੀ ਆ ਰਾਣਾ ਗਜੀਤ ਸਿੰਘ ਦੇ ਸਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਅਤੇ ਦੂਜੇ ਪਾਸੇ ਇੱਥੇ ਦੇ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਇੱਥੇ ਆਮ ਆਦਮੀ ਪਾਰਟੀ ਬੀਜੇਪੀ ਅਤੇ ਕਿਸਾਨ ਜਥੇਬੰਦੀਆਂ 6 ਕੋਨਾ ਮੁਕਾਬਲਾ ਚੱਲ ਰਿਹਾ ਪਰ ਜਿਹੜੀ ਮੇਨ ਕਾਂਟੇ ਟੱਕਰ ਹੈਗੀ ਆ ਉਹ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਨਵਤੇਜ ਚੀਮੇ ਲੱਗ ਰਹੀ ਹੈ ਹਾਲਾਂਕਿ ਰਾਣਾ ਗੁਰਜੀਤ ਸਿੰਘ ਤਾਂ ਇਹ ਕਹਿੰਦੇ ਆ ਵੀ ਜੇ ਤਾਂ 5 ਉਮੀਦਵਾਰ ਆ ਤਾਂ ਨਵਤੇਜ ਸਿੰਘ ਚੀਮਾ 5ਵੇਂ ਨੰਬਰ 'ਤੇ ਜੇ 4 ਉਮੀਦਵਾਰ 4 ਨੰਬਰ 'ਤੇ ਜਾਣਗੇ ਇੱਥੇ ਬਹੁਤ ਜਿਹੜੀ ਕਰੀਮ ਇੱਥੇ ਖੜ੍ਹੇ ਹੋਏ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿਹੜੀ ਪਾਰਟੀ ਤੋਂ ਤੁਸੀਂ ਬਿਲੋਂਗ ਕਰਦੇ ਹੋ ਮੈਂ ਪਹਿਲਾਂ ਕਾਂਗਰਸੀ ਸੀ ਅੱਜ ਇੰਦਰ ਪ੍ਰਤਾਪ ਦੇ ਨਾਲ ਆਜ਼ਾਦ ਪਾਰਟੀ ਵੱਲੋਂ ਹੈਗੇ ਵੀ ਸੀ ਆ ਪਰ ਪੰਜਾਬ ਵਿੱਚ ਕਾਂਗਰਸ ਸਰਕਾਰ ਰਹੀ ਆ ਕਾਂਗਰਸ ਦਾ ਸੀਐਮ ਰਿਹਾ ਤੇ ਰਾਣਾ ਇੰਦਰ ਪ੍ਰਤਾਪ ਆਜ਼ਾਦ ਚੋਣ ਲੜ ਰਹੇ ਤੁਹਾਡੇ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਹਾਂਜੀ ਤੁਹਾਨੂੰ ਜੇਕਰ ਕਾਂਗਰਸੀਆਂ ਤਾਂ ਉਹਨਾਂ ਨਾਲ ਹੋਣਾ ਚਾਹੀਦਾ ਸੀ ਤੇ ਰਾਣੇ ਨਾਲ ਹੀ ਕਿਉਂ ਗੱਲ ਪਤਾ ਕੀ ਹੈ ਜੀ ਜਦੋਂ ਲੀਡਰ ਵਰਕਰਾਂ ਦੀ ਬਾਹ ਨਹੀਂ ਨਾ ਫੜਦਾ ਤੇ ਉਦੋਂ ਵਰਕਰ ਪਛਾਣ ਹੋ ਜਾਂਦੇ ਆ 5 ਸਾਲ ਕਿਸੇ ਵਰਕਰ ਦੀ ਬਾਹ ਨਹੀਂ ਫੜੀ ਤੇ ਸਾਰ ਕਿਸੇ ਵਰਕਰ ਨੂੰ ਰੋਲਿਆ ਖਾਸ ਕਰਕੇ ਕਾਂਗਰਸੀਆਂ ਨੇ ਜਿੰਨੇ ਵੀ ਕਾਂਗਰਸੀ ਇੱਕ ਬੰਦਾ ਵੀ ਵਰਕਰ ਕਹਿ ਦੇਵੇ ਮੈਂ ਸਾਡਾ ਕੰਮ ਕੀਤਾ ਕੋਈ ਕੰਮ ਨਹੀਂ ਕੀਤਾ ਕਿਸੇ ਦਾ ਕੋਈ ਵਰਕਰ ਦਾ ਕੀਤਾ ਹੋਊ ਕਿਸੇ ਅਕਾਲੀ ਦਲ ਦਾ ਭਾਵੇਂ ਕਰਦਾ ਹੋਵੇ ਤੁਹਾਨੂੰ ਕੀ ਲੱਗਦਾ ਵੀ ਕਾਂਗਰਸ ਦਾ MLA ਹੋਵੇ ਤੇ ਕਾਂਗਰਸੀ ਲੀਡਰਾਂ ਦੇ ਪਰਚੇ ਕਾਰਨ ਕਿਉਂ ਕਰਾਏ ਗਏ ਕਾਨੂੰਨ ਦੇ ਇੱਕੋ ਗੱਲ ਸੀ ਚੀਮਾ ਸਾਹਿਬ ਦੀ ਗੱਲ 'ਚ ਡਿਮਾਂਡ ਸੀ ਵੀ ਇੱਥੇ ਕੋਈ ਲੀਡਰ ਨਹੀਂ ਹੈਗਾ ਜਿਹੜੀ ਅਕਾਲੀ ਦਲ ਦੇ ਹੈਗੇ ਉਹ 6-7 ਆ ਗਏ ਕੈਂਡੀਡੇਟ ਅਤੇ ਮੈਂ ਇਕੱਲਾ ਇਹ ਸੋਚਿਆ ਨਹੀਂ ਵੀ ਇੱਥੇ ਇੰਦਰ ਪ੍ਰਤਾਪ ਆ ਜੂਗਾ ਇਸੇ ਗੱਲ ਦੀ ਇਹਨਾਂ ਨੂੰ ਘਾਟ ਪਈ ਆ ਉਹ ਇਸੇ ਮਸਤੀ ਸੀ ਉਹਨਾਂ ਕੋਈ ਵਰਕਰ ਦੀ ਪਰਵਾਹ ਨਹੀਂ ਕੀਤੀ ਤੁਸੀਂ ਵੀ ਕਾਂਗਰਸੀ ਹੋ ਰਾਣਾ ਗੁਰਜੀਤ ਸਿੰਘ ਵੀ ਕਾਂਗਰਸੀ ਆ ਦੂਜੇ ਪਾਸੇ ਨਵਤੇਜ ਸਿੰਘ ਚੀਮਾ ਵੀ ਕਾਂਗਰਸੀ ਆ 40 ਸਾਲ ਤੋਂ ਕਾਂਗਰਸੀ ਆ ਜੀ ਇਹਦੇ ਫਾਦਰ ਸਾਹਿਬ ਨਾਲ ਮੈਂ ਰਿਹਾ ਇਹ ਮੇਰੇ ਤੋਂ ਛੋਟਾ ਇਹ ਬੱਚਿਆਂ ਦਾ ਸਾਡੇ ਵਰਗਾ ਚੀਮਾ ਦੇ ਅਸੀਂ 40 ਸਾਲ ਤੋਂ ਕਾਂਗਰਸ ਦੇ ਨਾਲ ਇਹਨਾਂ ਦੇ ਫਾਦਰ ਸਾਹਿਬ ਦੇ ਨਾਲ ਰਹੇ ਹਾਂ ਹੁਣ ਵੀ ਕਾਂਗਰਸ ਹੀ ਸੀ ਪਿਛਲੇ ਸਾਲ ਵੀ ਮੇਰੀ ਮਿਸਿਜ ਐਮ ਸੀ ਮੈਂ ਵੀ ਐਮ ਸੀ ਰਿਹਾ ਇਸ ਕਰਕੇ ਮਤਲਬ ਇਹ ਤੋਂ ਕੋਈ ਦਾ ਕੰਮ ਹੀ ਨਹੀਂ ਹੋਣਾ ਪਰ ਮੈਂ ਸੁਲਤਾਨਪੁਰ ਲੋਧੀ 'ਚੋਂ ਲੰਘ ਰਿਹਾ ਉੱਥੇ ਬੜੀ ਵੱਡੀ ਗੱਲ ਲਿਖੀ ਆ ਬੋਰਡ ਲੱਗਾ ਆ ਵੀ ਜਿੱਥੇ ਰਾਣਾ ਉੱਥੇ ਹੀ ਜਾਣਾ ਕਿਉਂ ਇਹ ਬਿਲਕੁਲ ਗੱਲ ਸਹੀ ਆ ਜੀ ਇਹ ਬਾਂਹ ਫੜਦੇ ਆ ਜੀ ਫੋਨਾਂ ਦੇ ਕੰਮ ਕਰਦੇ ਮੈਂ ਵੀ ਕਰਾਇਆ 2007 'ਚ ਮੈਂ ਕੰਮ ਕਰਾਇਆ ਇਹਨਾਂ ਕੋਲ ਫੋਨ ਕਰੋ ਕਰਾਣਾ ਜੀ ਕਹਿੰਦੇ ਮਿਲ ਨਹੀਂ ਆਉਣਾ ਉੱਦਾਂ ਜੀ ਸਕਦੇ ਆਓ ਪਰ ਜੇ ਕੰਮ ਆ ਤਾਂ ਫੋਨ 'ਤੇ ਕਰਾਓ ਜਿੱਤ ਕੌਣ ਰਿਹਾ ਹੁਣ ਇੱਥੇ ਇੰਦਰ ਪ੍ਰਤਾਪ ਜਿੱਤੂਗਾ ਜੀ ਸ਼ੋਰ ਆਜ਼ਾਦ ਉਮੀਦਵਾਰ ਹੋਵੇ ਆਜ਼ਾਦ ਚੋਣ ਲੜ ਕੇ ਜਿੱਤਣਾ ਬੜਾ ਔਖਾ ਹੁੰਦਾ ਵੈਸੇ ਸ਼ੋਰ ਜਿੱਤੂਗਾ ਜੀ ਤੁਸੀਂ ਕਿਹੜੀ ਪਾਰਟੀ ਤੋਂ ਜੀ ਮੈਂ ਅਕਾਲੀ ਦਲ ਦਾ ਜੀ
ਤੁਸੀਂ ਸ਼੍ਰੋਮਣੀ ਅਕਾਲੀ ਨਾਲ ਸੰਬੰਧਿਤ ਹੋ ਇਹ ਕਾਂਗਰਸ ਨਾਲ ਸੰਬੰਧਿਤ ਆ ਪਰ ਅਜਾਲ ਉਮੀਦਵਾਰ ਤੁਸੀਂ ਖੜੇ ਰਾਣਾ ਇੰਦਰ ਪ੍ਰਤਾਪ ਦੇ ਨਾਲ ਹੋ ਤੁਸੀਂ ਕਿੱਥੋਂ ਸਤਾਏ ਹੋ ਇਹ ਤਾਂ ਕਹਿੰਦੇ ਅਸੀਂ ਪਰਚਿਆਂ ਤੋਂ ਸਤਾਏ ਹਾਂ ਸਾਡੇ ਕੰਮ ਨਹੀਂ ਹੋਏ ਸਰ ਹੁਣ ਤੈਨੂੰ ਕਿਹੜੀ ਗੱਲ ਦੀ ਦੱਸੀ ਪਰਚੇ ਦੀ ਗੱਲ ਕਰਾਂ ਕਿ ਪੱਗਾਂ ਦੀ ਗੱਲ ਕਰਾਂ ਮੈਂ ਅਕਾਲੀ ਦਲ ਦਾ ਵਰਕਰ ਹਾਂ ਚੰਗੇ ਚੰਗੇ ਅਹੁਦੇ 'ਤੇ ਮੈਂ ਕੰਮ ਕੀਤਾ ਜਦੋਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਮੇਰੇ ਪਿੰਡ ਦੇ ਵਿੱਚ ਇਸ ਕਿਸੇ ਬੰਦੇ ਨੂੰ ਚਾਹ ਦਾ ਘੁੱਟ ਨਹੀਂ ਪਿਲਾਇਆ ਕਿਸਮਤ ਮਾੜੀ ਇਹ ਬੰਦੇ ਨੇ ਇਲੈਕਸ਼ਨ ਤੋਂ ਬਾਅਦ ਮੇਰੇ 'ਤੇ ਹੱਥ ਫੇਰ ਲਿਆ ਅਤੇ ਮੈਨੂੰ ਆਪਦੀ ਪਾਰਟੀ 'ਤੇ ਸ਼ਾਮਿਲ ਕਰ ਲਿਆ ਚਲੋ ਮੈਂ 3 ਮਹੀਨੇ ਦੇ ਨਾਲ ਰਿਹਾ ਤਿੰਨਾਂ ਮਹੀਨੇ ਵਿੱਚ ਮੇਰੇ ਇੱਕ ਪਰਚਾ ਕਰਾਇਆ ਜਦੋਂ ਪਰਚਾ ਕਰਾਇਆ ਮੈਂ ਕਿਹਾ ਚੀਮਾ ਸਾਹਿਬ ਜੋ ਹੁੰਦਾ ਚੰਗਾ ਨਹੀਂ ਹੁੰਦਾ ਵੀ ਤੇਰੇ ਨਾਲ ਤੁਰਿਆ ਉੱਦਣ ਤੂੰ ਕਹਿੰਦਾ ਮੇਰਾ ਵਰਕਰ ਹੀ ਇੱਥੇ ਕੋਈ ਨਹੀਂ ਅੱਜ ਸਾਰੇ ਮੇਰੇ ਵਰਕਰ ਤੇਰੇ ਬਣ ਗਿਆ ਪਰ ਤੂੰ ਮਾੜਾ ਕਰਦਾ ਜੇ ਤੇਰੀ ਹਾ ਗੱਲ ਆ ਤਾਂ ਮੈਂ ਤੇਰੇ ਨਾਲ ਨਹੀਂ ਰਹਿਣਾ ਜਿਹੜੇ ਤੇਰੇ ਹੈਗੇ ਤੂੰ ਉਹਨਾਂ ਨੂੰ ਰੱਖ ਲਾ ਮੈਂ ਅਕਾਲੀ ਦਲ 'ਚ ਬੀਬੀ ਹੁਣ ਦੀ ਅਗਵਾਈ 'ਚ ਮੈਂ ਵਾਪਸ ਆ ਗਿਆ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਸ ਤੋਂ 1.5 ਮਹੀਨਾ ਬਾਅਦ ਮੈਂ ਸੁਲਤਾਨਪੁਰ ਲੋਧੀ ਆਪਦੇ ਮਿੱਤਰਾਂ ਨਾਲ ਬੈਠਾ ਸੀ ਇਹਦੇ 2 ਗੁੰਡੇ ਆਏ ਮੇਰੇ ਪਿੰਡ 'ਚ ਮੇਰੀ ਸਿਰ ਤੋਂ ਪੱਗ ਲਾ ਕੇ ਲੈ ਗਏ ਕਿਹਦੇ ਗੁੰਡੇ ਆਏ ਚੀਮਾ ਸਾਹਿਬ ਦੇ ਮੇਰੀ ਪੱਗ ਲਾ ਕੇ ਲੈ ਗਏ ਮੈਂ ਇਲਾਕੇ 'ਚ ਰੌਲਾ ਪਾਇਆ ਇਹ ਕਹਿੰਦਾ ਨਾ ਨਹੀਂ ਬਿਲਕੁਲ ਝੂਠ ਬੋਲਦਾ ਸੁਲਤਾਨਪੁਰ ਲੋਧੀ ਦੇ ਵਿੱਚ 500 ਬੰਦੇ ਦੀ ਗਵਾਹੀ ਦੇ ਵਿੱਚ ਮੈਂ ਪੱਗ ਉੱਥੇ ਉਹਨਾਂ ਬੰਦੇ ਦਾ ਉੱਥੇ ਸਿਰ 'ਤੇ ਰਖਾਈ ਅਤੇ ਉਹਨਾਂ ਕੋਲ ਮਾਫ਼ੀ ਮੰਗਾਈ ਇਹੋ ਜਿਹੀ ਗੁੰਡਾਗਰਦੀ ਸਾਡੇ ਜਦੋਂ ਦੀ ਸਿਆਸਤ ਸਾਡੀ ਸੁਰਤ ਆ ਇਹੋ ਜਿਹਾ ਕੰਮ ਨਹੀਂ ਹੋਇਆ ਜੋ ਇਹ ਚੀਮਾ ਸਾਹਿਬ ਨੇ ਕੀਤਾ ਅੱਗੇ ਵੀ ਡਿਬੇਟ ਦੇਖੀ ਪਰਚੇ ਪਰਚੇ ਬੜੇ ਚੱਲ ਰਹੇ ਇੱਕ ਬਜ਼ੁਰਗ ਬੀਬੀ ਆਈ ਸੀ ਉਹ ਕਹਿੰਦੀ ਮੇਰੇ 'ਤੇ ਪਰਚਾ ਹੋ ਗਿਆ ਕੋਈ ਨੌਜਵਾਨਾਂ ਦੇ ਪਰਚਾ ਤੁਸੀਂ ਕਹਿੰਦੇ ਪਰਚੇ ਵੀ ਹੋਏ ਪੱਗਾਂ ਵੀ ਲਿੱਤੀਆਂ ਪਰ ਕਾਰਨ ਕਿਉਂ ਬਣ ਜਾਂਦਾ ਇੱਦਾਂ ਲੀਡਰਾਂ ਲਈ ਹੁਣ ਤਾਂ ਲੀਡਰ ਸਾਰਿਆਂ ਦੇ ਮੂਹਰੇ ਹੱਥ ਜੋੜਦੇ ਆ ਵੀ ਸਾਨੂੰ ਇਹਦਾ ਵਜਨ ਛੋਟਾ ਸੀ ਲੋਕਾਂ ਨੇ ਇਹਨੂੰ ਤਾਂ ਜ਼ਿਆਦਾ ਚੱਕਤਾ ਇਹ ਹੰਕਾਰ ਗਿਆ ਵੀ ਮੇਰੇ ਬਰਾਬਰ ਦਾ ਲੀਡਰ ਹੀ ਕੋਈ ਡਾਕਟਰ ਰੁਪਿੰਦਰ ਜੀ ਨੇ ਮਤਲਬ ਕੰਮ ਕੀਤਾ ਵੀ 25 ਸਾਲ ਪਰ ਇੱਦਾਂ ਦੀ ਗੁੰਡਾਦਾਰੀ ਕੋਈ ਨਹੀਂ ਚੀਜ਼ ਦਾ ਕੰਮ ਹੋ ਗਿਆ ਕਿਸੇ ਦਾ ਨਹੀਂ ਹੋਇਆ ਗੱਲ ਵੱਖਰੀ ਸੀ ਇਹ ਸਿਰਫ ਉਸ ਚੀਜ਼ ਦਾ ਨਿਕ ਲੈਂਦਾ ਰਿਹਾ ਵੀ ਬੀਬੀ ਤੋਂ ਬਾਅਦ ਲੀਡਰ ਕੋਈ ਆਉਣਾ ਹੀ ਨਹੀਂ ਅਸੀਂ ਤਾਂ ਸ਼ੁਕਰ ਕਰਦੇ ਹਾਂ ਵੀ ਇੰਦਰ ਪ੍ਰਤਾਪ ਜੀ ਆਏ ਆ ਅਤੇ ਮਤਲਬ ਜਨਤਾ ਦੀ ਬਾਂਹ ਫੜਨ ਲੱਗੇ ਆ ਇਸ ਦੇ ਨਾਲ ਮਤਲਬ ਇਹਦੇ ਘਰ ਦੇ ਜੀਵ ਨਹੀਂ ਰਹਿਣੇ ਇੱਥੋਂ ਤੱਕ ਮੈਂ ਕਹਿਤੀ ਚੀਮਾ ਫਸਲ ਇਹਦੇ ਘਰ ਦੇ ਜੀਵ ਨਹੀਂ ਰਹਿਣੇ ਰਾਣਾ ਗੁਰਜੀਤ ਸਿੰਘ ਕਹਿੰਦੇ ਵੀ ਇਹਨਾਂ ਨੂੰ ਪਿੰਡੋਂ ਵੀ ਹਰਾਉਣਾ ਇੱਦਾਂ ਹੋ ਸਕਦਾ ਵੀ ਕਿਸੇ ਵੱਡੇ ਲੀਡਰ ਨੂੰ ਜਦੋਂ ਜਨਤਾ ਹੀ ਇਹਨਾਂ ਨਾਲ ਜੁੜ ਗਈ ਫਿਰ ਜਦੋਂ ਜਨਤਾ ਜੁੜ ਗਈ ਫਿਰ ਰਹਿ ਗਈ ਜਨਾਇਤ ਪੱਲੇ ਕਾਂਗਰਸ ਤੋਂ ਵੀ ਸਤਾਏ ਆ ਅਕਾਲੀ ਦਲ ਤੋਂ ਵੀ ਸਤਾਏ ਆ ਤੁਹਾਨੂੰ ਲੱਗਦਾ ਵੀ ਰਾਣਾ ਇੰਦਰ ਪ੍ਰਤਾਪ ਸਿੰਘ ਸਾਰਿਆਂ ਦੀ ਬਾਂਹ ਫੜ ਲੈਣਗੇ ਬਿਲਕੁਲ ਜੀ ਬਿਲਕੁਲ ਇਹ ਕਿਸਮਤ ਚੰਗੀ ਇੱਥੇ ਆ ਗਿਆ ਜੀ ਬਹੁਤ ਵਧੀਆ ਇਨਸਾਨ ਉਹ ਕਪੂਰਥਲੇ ਲੋਕ ਸੋਚਦੇ ਵੀ ਜਿੱਦਾਂ ਕਪੂਰਥਲੇ ਨੇ ਵਧੀਆ ਵਿਕਾਸ ਕੀਤਾ ਵਧੀਆ ਕੰਮ ਕੀਤੇ ਆ ਇੱਦਾਂ ਹੀ ਮਤਲਬ ਇੱਥੇ ਇੰਦਰ ਪ੍ਰਤਾਪ ਹੋਊਗਾ ਇਹ ਬਹੁਤ ਵੱਡੀ ਲੀਡਰਾਂ ਹੋਊਗਾ ਅੱਜ ਕੱਲ੍ਹ ਦੇ ਜਿਹੜੀ ਨੌਜਵਾਨੀ ਪੀੜ੍ਹੀ ਆ ਉਹਨਾਂ ਨਾਲੋਂ ਵੀ ਤੁਸੀਂ ਦੇਖ ਲਓ ਵੀ ਦਿੱਖ ਦੇ ਵਿੱਚ ਜ਼ਿਆਦਾ ਸੋਹਣੇ ਬਜ਼ੁਰਗ ਲੱਗ ਰਹੇ ਆ ਪਰ ਇਹਨਾਂ ਨੂੰ ਆਪਣੀ ਪਾਰਟੀ ਕੋਈ ਛੱਡਣੀ ਪਈ ਕਾਂਗਰਸੀ ਰਾਜ ਤੁਸੀਂ ਕਾਂਗਰਸੀ ਹੋ 40 ਸਾਲ ਤੋਂ ਕਾਂਗਰਸੀ ਹਾਂ ਜੀ ਜੇ ਕਾਂਗਰਸ ਦੀ ਹਾਈ ਕਮਾਂਡ ਆ ਜਾਵੇ ਕੱਲ੍ਹ ਨੂੰ ਤੁਹਾਡੇ ਕੋਲ ਆ ਕੇ ਉਹ ਕੋਈ ਲੀਡਰ ਆ ਜਾਵੇ ਨਵਜੋਤ ਸਿੱਧੂ ਆ ਜਾਵੇ ਚੰਨੀ ਸਾਹਿਬ ਆ ਜਾਣ ਉਹ ਕਹਿੰਦੇ ਵੀ ਬਾਪੂ ਜੀ ਜੇ ਤਾਂ ਪਾਰਟੀ ਦੇ ਨਾਲ ਤਾਂ ਪਾਰਟੀ ਦੇ ਉਮੀਦਵਾਰ ਨਾਲ ਖੜੋ ਕੀ ਕਰੋਗੇ ਫਿਰ ਰਾਣਾ ਜੀ ਵੀ ਕਾਂਗਰਸੀ ਆ ਇਹ ਵੀ ਚੰਨੀ ਸਾਹਿਬ ਦੀ ਝੋਲੀ ਜਦੋਂ ਇਹ ਜਿੱਤ ਗਿਆ ਇੰਦਰ ਪ੍ਰਤਾਪ ਜੀ ਇਹ ਕਾਂਗਰਸ 'ਚ ਇਹਨਾਂ ਵੀ ਜਾਣਾ ਵਾ ਜੀ ਹਾਂਜੀ ਆਜ਼ਾਦ ਵੀ ਉਹਨਾਂ ਖੜੇ ਆ ਬਹੁਤ ਵੱਡੀ ਲੀਡ ਨਾਲ ਜਿਤਾਵਾਂਗੇ ਨਾਲ ਬਹੁਤ ਹਨੇਰੀ ਚੱਲਦੀ ਆ ਇਸ ਵੇਲੇ ਪਿੰਡਾਂ ਦੇ ਵਿੱਚ ਕਿੱਦਾਂ ਰਿਸਪੋਂਸ ਚੱਲਦੇ ਆ ਤੁਸੀਂ ਵਿਚਰਦੇ ਹੋਣੇ ਆ ਸ਼ਹਿਰਾਂ ਵਿੱਚ ਵੀ ਤੁਸੀਂ ਨਾਲ ਜਾਂਦੇ ਹੋਣੇ ਆ ਕਿੱਦਾਂ ਦੇ ਹਾਲਾਤ ਲੱਗ ਰਹੇ ਆ ਉਹ ਹੀ ਪਾਸਾ ਹੀ ਪਲਟ ਗਿਆ ਜੀ ਪਾਸਾ ਬਿਲਕੁਲ ਹੀ ਪਾਸਾ ਪਲਟ ਗਿਆ ਕੋਈ ਲੋਕੀ ਛੁਪੀ ਗੱਲ ਨਹੀਂ ਕਿੰਨੇ ਪਿੰਡ ਪੈਂਦੇ ਹਲਕੇ ਦੇ ਵਿੱਚ ਪਿੰਡ ਮੇਰਾ ਖਿਆਲ 300 ਤੋਂ ਉੱਤੇ ਆ ਅਤੇ ਸਰਪੰਚ ਜਿਹੜੇ ਕਾਂਗਰਸੀ ਸਰਪੰਚ ਆ ਜ਼ਿਆਦਾਤਰ ਕਿੱਧਰ ਆ ਗਏ ਆ ਜ਼ਿਆਦਾਤਰ ਇਹਨਾਂ ਰਾਣਾ ਜੀ ਨੇ ਆ ਗਏ ਜੀ ਇਹਨਾਂ ਦੇ ਪਿੰਡੋਂ ਸ਼ੁਰੂਆਤ ਕੀਤੀ ਰਾਣਾ ਜੀ ਨੇ ਉੱਥੋਂ ਸ਼ੁਰੂਆਤ ਉੱਥੋਂ ਕੀਤੀ ਆ ਉੱਥੇ ਉਹਦੇ ਪਿੰਡ ਜਾ ਕੇ ਸਾਰਾ ਕੁਛ ਦਿਖਾਇਆ ਵਾ ਬਈ ਅਸੀਂ ਕਿੱਥੇ ਖੜੇ ਹਾਂ ਅਤੇ ਤੂੰ ਕਿੱਥੇ ਖੜਾ ਤੂੰ ਲਲਕਾਰਿਆ ਮੈਨੂੰ ਅਤੇ ਤੇਰਾ ਜਵਾਬ ਮੈਂ ਦੇਣਾ ਅੱਜ ਤੇਰੇ ਪਿੰਡ ਹੀ ਆਇਆ ਮੈਂ ਉਹਨੂੰ ਚੀਮਾ ਜੀ ਨੂੰ ਅਸੀਂ ਉਹਦੇ ਪਿਓ ਨਾਲ ਵੀ ਰਹੇ ਹਾਂ ਅਸੀਂ ਜੋ ਕੁਛ ਇਹਨਾਂ ਦਾ ਕੀਤਾ ਇਹ ਸਾਰਾ ਕੁਛ ਭੁੱਲ ਗਿਆ ਇਹਨਾਂ ਨੂੰ ਰੱਬ ਵੀ ਭੁੱਲ ਗਿਆ ਸਾਡੇ ਪਿੰਡ ਦੀ ਸੱਦੂ ਵਾਲੇ ਤੋਂ ਸੜਕ ਜਾਂਦੀ ਜੱਬੋਵਾਲ ਨੂੰ ਪੱਟੀ ਨੂੰ 7 ਮਹੀਨੇ 8 ਮਹੀਨੇ ਹੋ ਗਏ ਆ ਮੈਂ ਇੱਕ ਦਿਨ ਕਿਹਾ ਚੀਮਾ ਜੀ ਕੋਈ ਇਹਦਾ ਸੋਚੋ ਚੀਮਾ ਜੀ ਗੱਲ ਹੀ ਨਹੀਂ ਸੁਣੀ ਸਾਡੀ ਜੇ ਸੁਣੀ ਮੈਂ ਬਹੁਤ ਮਗਰ ਜਾ ਕੇ ਮੈਂ ਕਿਹਾ ਚੀਮਾ ਜੀ ਅਸੀਂ ਵੀ ਇਲਾਕੇ 'ਚ ਵੱਸਦੇ ਹਾਂ ਫਿਰ ਕਹਿੰਦਾ ਜੀ ਤੁਹਾਡੇ ਤੋਂ ਸਟੇਅ ਹੋਇਆ ਕਿਤੇ ਰਾਮਿਆਂ ਜਾ ਕੇ ਪੈਲੀ ਦਾ ਹੋਇਆ ਉਹ ਛੜਕ ਵੀ ਤੁਹਾਡੇ ਬੱਚਿਆਂ ਵਰਗਾ ਕਦੇ ਬੱਚੇ ਨੂੰ ਸਮਝਾਇਆ ਨਹੀਂ ਵੀ ਇੱਦਾਂ ਨਹੀਂ ਇੱਦਾਂ ਕਰੋ ਨਹੀਂ ਉਹ ਜੇ ਸਮਝੋ ਤਾਂ ਹੀ ਜੇ ਕਿਸੇ ਦੀ ਸੁਣੇ ਤਾਂ ਸੁਣਨ ਵਾਲੇ ਤਾਂ ਉਹ ਵਰਕਾ ਹੀ ਪੱਟ ਆ ਰੱਬ ਭੁੱਲ ਆ ਜੇ ਮੌਜੂਦਾ ਵਿਧਾਇਕ ਹੋਵੇ ਤਾਂ ਲੋਕ ਡਰਦੇ ਹੁੰਦੇ ਵੀ ਮੌਜੂਦਾ ਵਿਧਾਇਕ ਦੇ ਉਲਟ ਨਾ ਜਾਈਏ ਨਾ
पर लोग बड़े उथाले मार रहे कहते ना हूँ तो असं राणा जी ने खड़ना नहीं तो लोग डरते होंगे पर सारे क्लीयर है कटाए खड़े आ भी असं राणा नाल हाँ। देखो जी राणा जी जिदा कपूहड़े हर वारी इलैक्शन जितते रहे तो हर हर एक बंदे का गरीब का भी धंधा करते काम करते गए अड़ना लाते तो आए नू जी कहते आओ साढ़े काम जरा कराओ इतने जोड़े साढ़े हूँ MLA है MLA साहब आ ये बिल्कुल ही किसी की गल सुन के नहीं राजी। तुम भी नौजवान हो बई जी यद बजुर्गों ने आप गलबात कर लीए कहते भी अं सताए हाँ कोई कहें परचा सताए हैं कोई कहें साड़ी बाँह नहीं फड़ी कोई कहें कि थानू की दिक्कत पै गई जी पार्टी छड़ के आजाद उम्मीदवार राणा इंद्र प्रताप ना खड़ना पै गया। देखो जी राणा साहब जी का तो चीमा जी का तो कोई मेल ही नहीं है असी 15-20 नवतेज सिंह चीमे के नाल ही रहे हैं जिन्ना नुकसान साडा 2017 तो बाद होया वा इन्ना साडा काली टाइम भी नहीं होया चीमे ने बहुत लोगों नू लुटिया तो कांग्रसियों नू ज़्यादा लुटिया जी उन्हें सानू एक दिन भी महसूस नहीं होया भी साडी सरकार मैं जी सिंह सरपंच आ पिंड मीरपुर का पर राणा जी आए हैं तो सानू हौसले बुलंद होए आ 2 महीने के करीब समा हो गया राणा जी ने डट के खड़े हाँ लगभग 80% कांग्रेस चीमे नू छड्ड के आ गई आ ते सरपंचां दी अगे तुसीं पहलां गल करदे सी वी चीमे ना वा वध के किहड़े दिन रोज़ तो एवरेज आ 5-7 सरपंच राणा जी नू खुल के सपोर्ट करते पे आ जिहड़े शहर दे MC आ वी 4-4-5-5 वारी जेतू करार होए आ वह भी राणा जी नू अपने राणा जी दे नाल वा चीमे दे जिहड़े परिवारक मैंबर आ 2 MC अज भलक वह भी खुशखबरी आने वाली आ चीमे का बिल्कुल शहर के विचों सफाया हो जूगा जो इन्हें गंद पाया हैगा उस गंद ते इन्हू बिठाउणा चीमे नू। सो गल यही समझ आती पंजाब दे विच मेरे ख्याल पहला हलका होगा जिथे मौजूदा विधायक है गया टिकट भी दिती गई है पार्टी ने पर हालात नहीं बड़े चंगे कांग्रेस पार्टी हालात भी MLA नू छड्ड के लोग आजाद उम्मीदवार पिछे खड़े आ चलो MLA ने लुटिया ही इन्हां लोगों नू मैं जो जमया अज तक कांग्रेस पार्टी नू मैं वोट पाई आ जो जमया जदों इहदा ये खुद भी राजनवीर ने इलैक्शन लड़ी 1997 तो 2002 खुद अकाली दल ने सपोर्ट करते रहे चीमा वड्डा गुरमेल सिंह चीमा तो यह भी नवतेज सिंह चीमा भी अं खुद उदों भी कांग्रसी हाँ अं उदों भी राजनवीर की सपोर्ट की दोनों इलैक्शन चा इन्हों इस बंदे मुड़ के बाद 2007 च इन्हें इलैक्शन लड़ी है जी सपोर्ट की 2000 च राणा जी ने इलैक्शन लड़ी MP की ये खिलाफ़ गया अं फिर राणा जी के नाल रहे इस बंदे ने तो गांधी इन्ना ज़्यादा पाता ये तो छड़ के भजूगा टिकट मैं तुहानू वैदे नाल गल कहिंदा ऑन रिकॉर्ड अज तो 12-13 दिनों तुसीं इत्थे टाइम ते इहो लैओ आपदा समान सारा इत्थे इकट्ठा करके जे ये टिकट छड़ के ना भजा तो सानू नीवें संभालो असीं माफ़ी मंगांगे तुहाडे कोलों ये बंदे ने हालात ही इन्ने कर दित्ते आ हुण ही असीं जिहड़े सिंधियारे दे प्यो दे नाल रहे आ कोई हैगे मतभेद सिट करके हुण 5 सरपंच मैं हुण उस ज्वाइन करके आए जिहड़े कल तो परसों तो मेन इलाके नामवर जिहड़ा दे प्यो नाल सब तो पहलों रहा राणा जी ने बड़क बड़ी वड्डी मारती आ उह कहिंदे जे राणा इंद्र प्रताप हारदा सियास छड़ दूंगा राणा इंद्र प्रताप 10,000 वोट ते जितूगा मैं तुहानूं वैदे नाल कहिंदे हारन वाली गल ते दूर दी आ नंबर 1 आऊ और 10,000 वोट की लीड करूगा हुण ते इहो जी नेरी चल गई आ वी अकालियां दे सानूं शामिल करो ते कांग्रसियां दे सानूं शामिल करो चाहे नौजवानों की गल करो चाहे बजुर्गों की गल करो बड़े सताए पे आ कहिंदे हैगे कांग्रसी आ पर खड़े राणे नाल है जिथे राणा तो उत्थे जाना ये बिल्कुल सारयां दी गल ही सच्ची माया होई नागनी जगत रही लपटाए इसकी सेवा जो करे तसीही को फरकाए जिन्हें जिन्हें माया की सेवा की है उहदा हाल वेख लो तुहाडे सामने ही इन्हें माया दे मगर लग गया जिहड़ा बंदा माया की सेवा करन लग पिया उह वेखो दा हाल की हो गया ये तुहाडे सामने ही आ जे इन्हां परिवार ने लोगों की सेवा की तो लोग उन्हां दे नाल अज जुड़े तो जे इन्हां ने भी माया की सेवा की होंदी इन्हां दे नाल किहने जुड़ना है तो हिसाब ला लो वो को माया वा तो इन्होंने ना लोग खड़े तो मैं तो ये गल कहना कि वो हाथ जोड़ के आप ही छड़ के हूँ चल जाए एवं फायदा कोई नहीं हूँ तो एवं चंगी गल ही तो लोगों के एवें हूँ दुरे दुरे वाली गल ही है तो हूँ वह गाव खत्म हो गया जोड़ा तो लोग जिन्हों के घर जाइए लोग बांगा मार के रोंद ने वो आपका दुख दर्द दसते आपदियाँ तकलीफा लोगों के आपदियाँ रखते हैं इतने सारे कहें कोई कहें मेते परचा होगा कोई कहें मेते परचा होगा तुम बड़ा ठोक के गल कर दौ जे तुहानू ही डर लगता भी जे सरकार आ गई नवतेज चीमा जित गया तो परचे च मैं कहा जी ये दूजी गल डायनासोर ते आ सकता ये दोबारा नहीं आता दसा की आ मैनू जिस तरह गांह लगता है हुण
ਐਮ ਸੀ ਦੀ ਇਲੈਕਸ਼ਨ ਵੀ ਲੜ ਕੇ ਵੇਖ ਲਿਓ। ਮੈਂ ਤੁਹਾਨੂੰ ਦੱਸਦਾ ਜਿੱਤਣ ਜਿਤਾਉਣ ਵਾਲੀ ਗੱਲ ਤੇ ਵੱਖਰੀ ਹੋ, ਪਰਾਣੀ ਇਹਨੇ ਜਿੱਤਣ ਵਾਲਾ ਦੇ ਨਾਮ ਨੁਕਸਾਨ ਨਹੀਂ ਹੈਗਾ। ਅੱਜ ਤੋਂ 6-5 ਮਹੀਨੇ ਪਹਿਲਾਂ ਮੈਂ ਬੋਲਿਆ ਥਾਣੇ ਦੇ ਵਿੱਚ, ਖਲੋ ਕੇ ਮੌਜੂਦਾ ਐਮ ਐਲ ਏ ਸਰਕਾਰ ਦੇ ਵਿੱਚ ਪਾਵਰ 'ਚ ਸੀ, ਮੈਂ ਕਿਹਾ 10 ਲੱਖ ਰੁਪਈਆ ਲਿਆ ਇਹਨੇ ਮੇਰੇ ਸੱਜਣ ਤੋਂ ਇੱਕ ਤੋਂ, ਇੱਥੇ ਪਰਚਾ ਕਰਾਉਣਾ ਔਰ ਕੌੜਾ ਤੁਹਾਨੂੰ ਵੀਡੀਓ ਚੱਲਦੀ ਸਾਰੇ ਪੰਜਾਬ 'ਚ ਚੱਲੀ ਆ। ਮੈਂ ਬੋਲਿਆ ਪਹਿਲਾਂ, ਸਭ ਤੋਂ ਪਹਿਲਾਂ ਮੈਂ ਥਾਣੇ ਦੇ ਵਿੱਚ ਡੀ ਐਸ ਪੀ ਦੇ ਸਾਹਮਣੇ, ਇਹ ਬਲਾਕ ਸਮਿਤੀ ਹਰਿਆ ਸੀ ਤੇ ਹੁਣ ਮੇਰੇ ਖਿਆਲ ਨਾਲ ਐਮ ਸੀ ਦੀ ਜਾਂ ਸਰਪੰਚੀ ਦੀ ਚੋਣ ਲੜ ਲਏ ਤੇ ਮੇਰੇ ਖਿਆਲ ਨਾਲ ਆਪੇ ਤੁਹਾਨੂੰ ਪਤਾ ਲੱਗ ਜਾਣਾ, ਬਹੁਤੀਆਂ ਗੱਲਾਂ ਕਰਨ ਦੀ ਲੋੜ ਹੀ ਨਹੀਂ। ਪਿੰਡਾਂ ਵਾਲੇ ਲੋਕ ਵੀ ਸਾਥ ਦੇ ਰਹੇ ਆ, ਬਜ਼ੁਰਗ ਵੀ ਦੇ ਰਹੇ ਆ, ਤੁਸੀਂ ਪੜ੍ਹੇ ਲਿਖੇ ਹੋ, ਪੜ੍ਹਿਆ ਲਿਖਿਆ ਵਰਗ ਕਿੱਦਾਂ ਆ? ਪੜ੍ਹਿਆ ਲਿਖਿਆ ਵਰਗ ਸਾਰਾ ਹੀ ਲਗਭਗ ਰਾਣਾ ਜੀ ਦੇ ਨਾਲ ਆ। ਡਿਵੈਲਪਮੈਂਟ ਜੋ ਉਹਨਾਂ ਨੇ ਕਪੂਰਥਲੇ ਵਿੱਚ ਦੇਖੀ ਆ, ਜੋ ਵਿਕਾਸ ਦੇਖਿਆ, ਜੋ 20 ਸਾਲਾਂ ਤੋਂ ਕਾਰਜ, ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਅਤੇ ਉੱਥੇ ਸਾਰਾ ਕੁਝ ਦੇਖਿਆ ਪਰਖਿਆ ਪਿਆ ਵਾ, ਅਤੇ ਸੇਮ ਐਜ਼ ਇਟ ਇਜ਼ ਅਸੀਂ ਵੀ ਚਾਹੁੰਦੇ ਹਾਂ ਉਸੇ ਜੋ ਕਪੂਰਥਲਾ ਮਾਡਲ ਆ ਉਸੇ ਮਾਡਲ ਸੁਲਤਾਨਪੁਰ ਮਾਡਲ ਸਾਡਾ ਅੱਗੇ ਵਧੇ, ਜਿਹੜੇ ਵਿਕਾਸ ਅਤੇ ਕਾਰਜ ਮਤਲਬ ਇੰਨਾ ਪੈਸਾ ਆਉਣ ਦੇ ਬਾਵਜੂਦ ਵੀ ਜਿਹੜਾ ਰੁਕਿਆ ਰਿਹਾ ਵਾ ਉਹ ਯਤਨਸ਼ੀਲ ਹੋਵੇ ਅਤੇ ਅੱਗੇ ਵਧੇ। ਪੰਜਾਬ ਦੇ ਵਿੱਚ ਪਹਿਲਾ ਹਲਕਾ ਆਉਣਾ ਜਿੱਥੇ ਇੰਨੀ ਗ੍ਰਾਂਟ ਆਈ ਆ, ਕਿਉਂਕਿ ਬਾਬਾ ਨਾਨਕ ਦੀ ਧਰਤੀ ਆ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਉਹ ਵੀ ਆਉਂਦੇ ਰਹੇ ਆ, ਪ੍ਰਧਾਨ ਮੰਤਰੀ ਵੀ ਆਏ ਆ, ਅਤੇ ਇੰਨਾ ਪੈਸਾ ਆ, ਇੰਨੀ ਗ੍ਰਾਂਟ ਆਈ ਆ, ਤੁਸੀਂ ਸਾਰੇ ਚੀਕਾਂ ਮਾਰ ਰਹੇ ਹੋ ਵੀ ਕੋਈ ਹੋਇਆ ਹੀ ਨਹੀਂ, ਹੋਇਆ ਹੀ ਨਹੀਂ, ਫਿਰ ਪੈਸੇ ਕਿੱਥੇ, ਕਿ ਇੰਨੀਆਂ ਗ੍ਰਾਂਟਾਂ ਔਨ ਰਿਕਾਰਡ ਆਈਆਂ ਆ? ਅਸੀਂ ਜੀ ਜਦੋਂ ਗ੍ਰਾਂਟਾਂ 'ਤੇ ਆਈਆਂ, ਚਲੋ ਕੁਛ ਲੱਗ ਗਿਆ, ਕੋਈ ਰਹਿ ਗਿਆ, ਜੋ ਹੋ ਗਿਆ ਹੋ ਗਿਆ, ਪਰ ਅਸੀਂ ਜਦੋਂ ਕੰਪੈਰੀਜ਼ਨ ਕਰਦੇ ਨੇ ਦੋ ਕੈਂਡੀਡੇਟ ਦਾ, ਇੱਕ ਬੰਨੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਔਰ ਬਹੁਤ ਹੀ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਦੂਜੇ ਬੰਨੇ ਨਵਤੇਜ ਸਿੰਘ ਜੀ ਚੀਮਾ ਨੇ। ਜੋ ਰਾਣਾ ਪਰਿਵਾਰ ਆ ਉਹ ਇੰਡਸਟਰੀਲਿਸਟ ਪਰਿਵਾਰ ਆ, ਉਹ ਸਾਨੂੰ ਚਾਹੁੰਦੇ ਆ ਕਿ ਸਾਡੇ ਸੁਲਤਾਨਪੁਰ ਨੂੰ ਅੱਗੇ ਲੈ ਕੇ ਜਾਵੇ, ਇੱਥੇ ਵੀ ਇੰਡਸਟਰੀ ਕੋਈ ਲਾਉਣ, ਐਜੂਕੇਸ਼ਨ ਦੇ ਕੋਈ ਚੰਗੇ ਖੋਲ੍ਹਣ, ਕੋਲਜ ਵਗੈਰਾ। ਔਰ ਸਭ ਤੋਂ ਵੱਡੀ ਸਾਡੀ ਸਮੱਸਿਆ ਹੈਗੀ ਇੱਥੇ ਹੋਸਪਿਟਲ ਕੋਈ ਨਹੀਂ ਹੈਗਾ, ਅਸੀਂ ਚਾਹੁੰਦੇ ਕਿ ਉਹਨਾਂ ਨੇ ਸਾਡੇ ਨਾਲ ਵਾਅਦਾ ਵੀ ਕੀਤਾ ਕਿ ਅੱਛਾ ਹੋਸਪਿਟਲ ਵੀ ਇੱਥੇ ਲੈ ਕੇ ਆਵਾਂਗੇ। ਅਸੀਂ ਚਾਹੁੰਦੇ ਹਾਂ ਕਿ ਪ੍ਰੋਸਪੈਰਟੀ ਚਾਹੁੰਦੇ, ਅਸੀਂ ਤਰੱਕੀ ਚਾਹੁੰਦੇ ਹਾਂ, ਅਤੇ ਸਾਨੂੰ ਤਰੱਕੀ ਸਿਰਫ ਰਾਣਾ ਇੰਦਰ ਪ੍ਰਤਾਪ ਤੋਂ ਹੀ ਦਿੱਤੀ ਹੈ ਕਿ ਉਹ ਸਾਨੂੰ ਤਰੱਕੀ ਵੱਲ ਲੈ ਕੇ ਜਾਣਗੇ, ਕਿਉਂਕਿ ਚੀਮਾ ਸਾਹਿਬ ਨੂੰ ਅਸੀਂ ਪਿਛਲੇ 5 ਸਾਲ ਦੇਖ ਲਿਆ, ਉਹ ਸਾਨੂੰ ਜ਼ਿਆਦਾ ਤਰੱਕੀ ਵੱਲ ਲੈ ਕੇ ਨਹੀਂ ਜਾ ਸਕੇ। ਸਰਦਾਰ ਜੀ, ਇੱਕ ਪਾਸੇ ਤਾਂ ਨਵਤੇਜ ਸਿੰਘ ਚੀਮਾ ਜਿਹੜੇ ਵਿਧਾਇਕ ਆ ਇੱਥੋਂ, ਦੂਜੇ ਪਾਸੇ ਰਾਣਾ ਇੰਦਰ ਪ੍ਰਤਾਪ, ਕੀ ਫਰਕ ਸਮਝੇ ਦੋਨਾਂ ਦੇ ਵਿੱਚ? ਦੇਖੋ, ਸਾਨੂੰ ਜਿਹੜਾ ਇੰਦਰ ਪ੍ਰਤਾਪ ਹੈ ਬਹੁਤ ਜ਼ਿਆਦਾ ਸਤਿਕਾਰਯੋਗ ਆ, ਕਿਉਂਕਿ ਰਾਣਾ ਜੀ ਨਾਲ ਸਾਡਾ ਕਾਫੀ ਤਰ੍ਹਾਂ ਵਾਹ ਪਿਆ, ਜਿਨ੍ਹਾਂ ਨੇ ਸਾਨੂੰ ਪਿਆਰ ਹੀ ਦਿੱਤਾ ਅਤੇ ਜਿੱਥੇ ਸਾਨੂੰ ਜ਼ਰੂਰਤ ਪਈ ਉਹ ਕੋਲ ਖੜ੍ਹੇ ਵੀ ਹੈਗੇ ਸਾਡੇ, ਇਸ ਕਰਕੇ ਅਸੀਂ ਉਹਨਾਂ ਦੇ ਪਿਆਰ ਦੇ ਸਦਕਾ ਹੀ ਅਸੀਂ ਇੰਦਰ ਪ੍ਰਤਾਪ ਦੇ ਨਾਲ ਹਾਂ, ਘਰ ਘਰ ਜਾ ਕੇ ਚੋਣ ਪ੍ਰਚਾਰ ਵੀ ਕਰਦੇ ਹਾਂ, ਤਾਂ ਅਸੀਂ ਵੱਧ ਤੋਂ ਵੱਧ ਲੀਡਰਾਂ 'ਚ ਚਾਹਵਾਂਗੇ। ਸਾਨੂੰ ਪਿੰਡਾਂ ਦੀ ਕੀ ਆਵਾਜ਼ ਹੈ ਵੈਸੇ? ਵੇਖੋ ਜੀ, 101% ਰਾਣਾ ਜੀ ਤਾਂ ਜਿੱਤ ਗਏ ਨਾ, ਉਹ ਤਾਂ ਲੀਡ ਹੀ ਵਧਣੀ, ਕਿੰਨੀ ਵੱਧਦੀ ਹੈ, ਇਦੋਂ ਵੱਧ ਤਾਂ ਗੱਲ ਹੀ ਕੋਈ ਨਹੀਂ ਹੈਗੀ। ਮੁਕਾਬਲਾ ਕਿਹਦੇ ਨਾਲ ਹੈ, ਅਕਾਲੀ ਦਲ ਦੇ ਨਾਲ ਜਾਂ ਕਾਂਗਰਸੀ ਉਮੀਦਵਾਰ ਨਵਤੇਜ ਚੀਮਾ ਨਾਲ? ਅਕਾਲੀ ਦਲ ਨਾਲ ਵਾਂ। ਕਿਹਦੇ ਨਾਲ ਮੁਕਾਬਲਾ ਸਾਡਾ? ਜ਼ਿਆਦਾ ਅਕਾਲੀ ਦਲ ਨਾਲ ਹੈਗਾ ਜੀ। ਚੀਮਾ ਸਾਹਿਬ 5ਵੇਂ ਨੰਬਰ 'ਤੇ ਆ, ਜੇ ਹੋਰ ਵੀ ਕੈਂਡੀਡੇਟ ਆ ਗਿਆ ਤਾਂ ਇਹਨਾਂ 6ਵੇਂ 'ਤੇ ਚੱਲ ਜਾਣਾ ਵਾ। ਅਕਾਲੀ ਦਲ ਚੀਮਾ ਸਾਹਿਬ ਥੋੜ੍ਹਾ ਪਿੱਛੇ ਰਹਿ ਗਏ ਆ, ਅਕਾਲੀ ਤਾਂ ਜਾਣਾ 5ਵੇਂ 6ਵੇਂ ਨੰਬਰ 'ਤੇ। ਫਿਰ ਤੁਹਾਡੇ ਵਿਧਾਇਕ ਰਹੇ ਆ, ਉਹ ਇੰਨਾ 10 ਸਾਲ ਕੀਤਾ ਤਾਂ ਫਿਰ ਵੀ 5ਵੇਂ ਨੰਬਰ 'ਤੇ? ਇੱਥੇ ਮਹਾਰਾਜ ਲੋਕ ਤੱਕੇ ਪਏ, ਪਰਚੇ ਕਰਾਏ ਬਹੁਤ ਲੋਕਾਂ ਦੇ, ਵਿਕਾਸ ਦੇ ਪੈਸੇ ਕਿੱਥੇ ਗਏ ਆ? ਚੇਅਰਮੈਨ ਸਾਡਾ ਬ੍ਰਦਰ ਆ ਬਲਾਕ ਸਮਿਤੀ ਦਾ, ਉਹ ਇਸ ਵੇਲੇ ਇੱਥੇ ਨਹੀਂ ਹੈਗਾ, ਕਿਤੇ ਗਿਆ। ਉਹ ਚੇਅਰਮੈਨ ਬਲਾਕ ਸਮਿਤੀ ਦਾ ਸੈਕਟਰੀ ਆ ਨਾ, ਸਿੱਧਾ ਹਿੱਸਾ ਰੱਖਿਆ ਇਹਨੇ, 3 ਰੁਪਈਏ 2 ਰੁਪਈਏ ਇੱਟ ਦੇ, ਇੰਟਰਲੋਕ ਇੱਟ ਲੱਗਣੀ, 2-3 5 ਰੁਪਈਏ ਕਮਿਸ਼ਨ, ਵੀਡੀਓ ਨਾਲ ਸਿੱਧਾ ਹਿੱਸਾ। ਪੈਸੇ ਕਿੱਥੇ ਜਾਣੇ ਸੀ? ਪੈਸੇ ਤਾਂ ਇਹਦੇ ਘਰ ਗਏ। ਕਿਸੇ 'ਚ ਇੰਨੀ ਤਾਕਤ ਨਹੀਂ ਗੀ ਵੀ ਟੈਲ ਆਪਣੀ ਮਰਜ਼ੀ ਨਾਲ ਲਵਾ ਲਵੇ, ਜਿਹੜਾ ਉਹ ਛੱਡ ਕੇ 1.5 ਸਾਲ ਪਹਿਲਾਂ ਅਸੀਂ ਆ ਗਏ ਛੱਡ ਕੇ ਵੀਡੀਓ ਦਫ਼ਤਰ, ਅਸੀਂ ਲੋਕਾਂ ਨੂੰ ਕਰਪਸ਼ਨ ਕਰਨੀ, ਅਸੀਂ ਆਪਦੇ ਸਿਰ ਤਾਂ ਬਹੁਤ ਬੜਾ ਰੋਣਾ, ਕਰਪਸ਼ਨ ਇਹ ਕਰੀ ਜਾਂਦਾ, ਅਸੀਂ ਲੋਕਾਂ ਨੂੰ ਜਵਾਬ ਦਾ ਦੇਣਾ? ਇਹ ਹਾਲਾਤ SHO ਰੱਖਿਆ ਸਰ 3.5-4 ਸਾਲ ਸਰਬਜੀਤ, ਜਿਹੜਾ ਰੋਜ਼ ਸ਼ਾਮਾਂ ਨੂੰ 5 ਲੱਖ ਦੇ ਘਰ ਲਿਆਉਂਦਾ ਹੈ। ਕੀ ਪ੍ਰੂਫ ਆ ਤੁਹਾਡੇ ਕੋਲ? ਤੁਸੀਂ ਇਲਜ਼ਾਮ ਤਾਂ ਲਾਈ ਜਾਂਦੇ ਹੋ। ਸ਼ਰੇ ਆਮ ਨੇ ਕਿਸੇ ਕਾਂਗਰਸੀ ਜਲੀਲ ਕੀਤਾ? ਕੋਈ ਕਾਂਗਰਸੀ ਆਵਾਜ਼ ਕੱਢ, ਸਾਰੇ ਕਾਂਗਰਸੀ ਜਲੀਲ ਕਰਦਾ ਹੀ ਹੋ। ਚੇਅਰਮੈਨ ਨੂੰ ਹੋਰ ਪਤਾ, ਫਿਰ ਰਾਣਾ ਸਾਹਿਬ ਨੇ ਇਹਨਾਂ ਦੀ ਬਦਲੀ ਕਰਾਈ, ਜੇ ਨਹੀਂ ਪੈਸੇ ਲੈਂਦਾ ਤਾਂ ਐਡੀ ਇਹਦੀ ਵੇਲਨੇ 'ਚ ਬਾਹ ਕੀ ਆ ਗਈ ਵੀ ਜਿਹੜੇ 5-7 MLA ਲੈ ਕੇ DGP ਕੋਲੋਂ ਜਾ ਕੇ ਤੇ ਫਿਰ ਉਹ ਸੁਲਤਾਨਪੁਰ ਲੈ ਆ, ਕਿਉਂਕਿ ਇਹਦੀ ਦੁਕਾਨਦਾਰੀ ਬੰਦ ਹੋ ਗਈ ਸੀਗੀ। ਸਰਬਜੀਤ ਨੇ ਬਹੁਤ ਗੰਦ ਪਾਇਆ, ਉਹਨੇ ਪਾਇਆ ਚੀਮੇ ਦੀ ਸ਼ਹਿਰ ਦੇ ਉੱਤੇ, ਅਤੇ ਸਭ ਤੋਂ ਵੱਧ ਉਹਨੇ ਨੁਕਸਾਨ ਕਾਂਗਰਸ ਦਾ ਕੀਤਾ। ਸਾਡੇ ਕੋਲ ਜਿੰਨਾ ਵੀ ਆਇਆ ਉਨਾ ਹੀ ਨੁਕਸਾਨ ਅਸੀਂ ਚੀਮੇ ਦਾ ਕਰਨਾ, ਹਰ ਕੀਮਤ 'ਤੇ, ਹਰ ਹੀਲੇ 'ਤੇ। ਤਾਂ ਰਾਣਾ ਗੁਰਜੀਤ ਜੀ ਇੱਥੋਂ ਜਿੱਤਣ ਗਏ ਤਾਂ ਸਾਰਿਆਂ ਨੂੰ ਪਤਾ ਲੱਗ ਜੂਗਾ, ਉੱਪਰਲੇ ਲੀਡਰਾਂ ਨੂੰ ਵੀ, ਜਿਨ੍ਹਾਂ ਨੇ ਟਿਕਟ ਦੇਖਣ ਦੇ ਉੱਤੇ ਚੀਮਾ ਨੂੰ ਗਲਤੀ ਕੀਤੀ ਆ। ਆਹ ਦੇਖੋ ਵੀ ਤੁਸੀਂ ਦੇਖ ਲਓ ਵੀ ਬਾਹਾਂ ਖੜੀਆਂ ਖੜ ਕਰਕੇ, ਬਾਹਾਂ ਉਲਾਰ ਉਲਾਰ ਕੇ ਲੋਕ ਦਾਅਵੇ ਕਰ ਰਹੇ ਆ, ਇਹ ਸਾਰੀ ਜਿਹੜੀ ਕਾਂਗਰਸ ਜਿਹੜੀ ਜੱਦੀ ਪੁੱਛਦੀ ਕਾਂਗਰਸ ਆ, ਕੋਈ ਕਹਿੰਦੇ ਸੀ 40 ਸਾਲ ਤੋਂ ਆ, ਕੋਈ ਕਹਿੰਦੇ 30 ਸਾਲਾਂ ਤੋਂ, ਅਤੇ ਪੰਜਾਬ ਦੇ ਵਿੱਚ ਬੜੀ ਹੌਟ ਸੀਟ ਮੰਨੀ ਜਾਂਦੀ, ਲੋਕ ਸੋਚ ਰਹੇ ਸੀ, ਲੋਕ ਪੁੱਛਣਾ ਚਾਹੁੰਦੇ ਸੀ ਵੀ ਆ
ਸਾਰੀ ਕਾਂਗਰਸ ਪਾਰਟੀ ਨੂੰ ਹੀ ਪੈਣੀ ਆ ਜੀ। ਆ ਖਾਸ ਚੀਮਾ ਸਾਹਿਬ ਦਾ ਖਾਸ ਰਿਹਾ ਜਿਹੜਾ ਖਾਸ ਗੱਲ ਕਰੋ ਸਰਪੰਚ ਸਾਹਿਬ ਨਾਲ। ਸਰਪੰਚ ਸਾਹਿਬ ਕਹਿੰਦੇ ਵੀ ਤੁਸੀਂ ਨਵਦੇਸ ਸਿੰਘ ਚੀਮਾ ਦੇ ਬੜੇ ਖਾਸ ਰਹੇ ਹੋ ਤੇ ਛੱਡ ਕੇ ਹੁਣ ਇੱਧਰ ਕਿਉਂ ਆ ਗਏ? ਇਹ ਸਿੰਘ ਚੀਮਾ ਜੰਮਿਆ ਸਾਡੇ ਹੱਥਾਂ 'ਚੋਂ ਜੀ। ਮੈਨੂੰ 50 ਸਾਲ ਮੇਰੀ ਵੋਟ ਬਣੀ ਨੂੰ ਹੋ ਗਿਆ। ਮੈਂ 3 ਬੂਥ ਉੱਥੇ ਥਾਂ ਦਾ ਲੜਾਈਆਂ ਲੜਦਾ ਰਿਹਾ ਨਵਦੇਸ ਜੀ ਨੂੰ। ਹੁਣ ਸੰਮਤੀ ਮੈਂਬਰ ਹਾਂ ਮੈਂ। 1500 1500 ਵੋਟ ਨਾਲ ਜਿੱਤਿਆ। ਗੂੜਾ ਪਿਆਰਾ ਰਿਸ਼ਤਾ ਛੱਡ ਕੇ ਕਿਉਂ ਆ ਗਏ? ਰਿਸ਼ਤਾ ਛੱਡ ਕੇ ਉਹਦੀਆਂ ਕਰਤੂਤਾਂ ਕਰਕੇ। ਉਹ ਉਹਨੂੰ ਪੁੱਛੋ ਕਿਉਂ ਭੱਜਿਆ ਤੇਰੇ ਬੰਦੇ ਬਈ, ਉਹ ਉਹਨੂੰ ਪੁੱਛੋ। ਤੁਸੀਂ ਵੀ ਦੱਸ ਦਿਓ ਸਾਰਾ ਸੁਲਤਾਨਪੁਰ ਕਿਉਂ ਭੱਜਿਆ ਤੇਰੇ ਕੋ? ਇਹ ਉਹ ਜਵਾਬ ਦੇ ਸਕਦਾ, ਅਸੀਂ ਕੀ ਦੇ ਸਕਦੇ ਹਾਂ ਵੀ ਕਿਉਂ ਸਾਰਾ ਸੁਲਤਾਨਪੁਰ ਹੀ ਭੱਜਿਆ ਉਹਦੇ ਨੂੰ? ਅੱਜ ਚੀਮਾ ਕੋਲ ਇਲੈਕਸ਼ਨ ਜਿੱਤਣ ਲਈ ਲੜ ਲਿਆ, ਉਹ ਲੜ ਲਿਆ ਵੀ ਮੇਰੀ ਇੱਜ਼ਤ ਬਣੇਗਾ, ਟਿਕਟ ਮੈਨੂੰ ਮਿਲ ਜਾਏ ਤੇ ਟਿਕਟ ਟੁਕਟ ਭੁੱਲ ਜਾਏ। ਹੁਣ ਵੀ ਜਿੱਤਣ ਲਈ ਲੜ ਰਿਹਾ ਚੀਮਾ ਸਾਹਿਬ, ਮਤਲਬ ਹੀ ਕੋਈ ਨਹੀਂ, ਜਿੱਤਣ ਦਾ ਸਵਾਲ ਹੀ ਪੈਦਾ। ਹੱਥਾਂ 'ਚ ਤੁਹਾਡੇ ਖੇਡਿਆ, ਹੱਥਾਂ 'ਚ ਪਲਿਆ, ਜਿਤਾਇਆ, ਬੂਥਾਂ 'ਤੇ ਲੜਾਈਆਂ ਲੜੀਆਂ, ਗੁੱਸਾ ਬੜਾ ਤੁਹਾਡਾ ਯਾਰ? ਗੁੱਸਾ ਹੈਗਾ ਜਦੋਂ ਮਿਹਨਤ ਕੀਤੀ ਹੈ। ਇਹਦਾ ਡੈਡੀ 85 'ਚ ਇਲੈਕਸ਼ਨ ਲੜੀ ਹੈ, 85 'ਚ ਇਲੈਕਸ਼ਨ ਇਹਦੇ ਡੈਡੀ ਲੜੀ, ਉਦੋਂ ਹਰਿਆ, 92 'ਚ ਲੜੀ ਅਸੀਂ ਜਿਤਾਇਆ, ਫਿਰ 3 ਇਲੈਕਸ਼ਨਾਂ ਇਹਦੀਆਂ ਲੜੀਆਂ, ਮੈਂ 3 ਬੂਥ ਸਾਂਭਦਾ ਰਿਹਾ ਉੱਥੇ। ਦਿਨ ਬੜੇ ਥੋੜੇ ਰਹਿ ਗਏ, 20 ਫਰਵਰੀ ਹੁਣ ਤੁਸੀਂ ਚੋਣ ਪ੍ਰਚਾਰ ਕਰਨਾ, ਤੁਸੀਂ ਆਹਮੋ ਸਾਹਮਣੇ ਇੱਕ ਦੂਜਾ ਮੱਥੇ 'ਚ ਲੱਗਣਾ। ਲਿਆਓ ਡਿਟੇਲ ਸਾਹਮਣੇ ਕਰਾਓ, MLA ਸਾਹਿਬ ਨੇ ਵੀ ਸਾਡਾ ਗਨਾਹ ਤੇ ਉਹਦਾ ਗਨਾਹ, ਅਸੀਂ ਸਾਹਮਣੇ ਦੱਸਾਂਗੇ। ਇੱਦਾਂ ਜੇ ਲੈਂਦੇ ਦੱਸੀਏ, ਸਾਹਮਣੇ ਕਰਾਓ ਵੀ ਇਹਨਾਂ ਅਸੀਂ ਕੀ ਖਾਧਾ। ਮੇਰੇ ਕੋਲ 15 ਪਿੰਡ ਹੁੰਦੇ ਵੀ ਜੋਨ ਚਾਰਜ, ਇੱਕ ਦੁੱਕੀ ਕਹਿ ਦੇ ਕਿਸੇ ਕੋ ਖਾਧੀ, ਮੈਂ ਬਾਹਰ ਕੱਢ ਕੇ ਕਹਿੰਦਾ ਮੈਂ ਬੰਦਾ ਨਹੀਂ ਜਾ ਉਹਦੇ ਨਾਂ ਭਰਾਂ ਦੇ, ਇੱਕ ਦੁੱਕੀ ਕਹਿ ਦੇ ਕੋ ਕਹੇ ਖਾਧੀ ਕਿਸੇ ਕੋ? ਕੀਤੇ ਆ ਜਿਹੜੇ ਇਹਨੂੰ ਕਮਾਈ ਕਰਕੇ ਦਿੰਦੇ ਆ, ਦਲਾਲੀ ਵਾਲੇ ਬੰਦੇ ਇਹਦੇ ਮੁਹਰੇ ਆ। ਇੱਕ SHO ਨਹੀਂ ਇਹਨੇ ਜਾਣ ਸਾਡੀ, SHO ਵੀ ਮਤਲਬ ਇਹੋ ਹੀ ਰੱਖਣਾ, ਸਾਰੀ ਦੁਨੀਆ ਰਹਿੰਦੀ ਰਵੇ ਜਾਂ ਨਾ ਰਵੇ, ਮੈਨੂੰ SHO ਚਾਹੀਦਾ। ਸਰ ਜੀ, ਜਿਹੜੀ ਪਾਰਟੀ ਕੋਈ ਵੀ ਪਾਰਟੀ ਹੈ ਨਾ, ਉਹ ਚੱਲਦੀ ਰੂਟਸ ਨਾਲ। ਸਾਡੇ ਨਵਤੇਜ ਸਿੰਘ ਚੀਮਾ ਜੀ ਨੇ ਕੀਤਾ ਕਿ ਰੂਟਸ ਨੂੰ ਛੱਡ ਕੇ ਨਾ ਪੱਤੇ ਅਤੇ ਟਾਹਣੀਆਂ ਦੇ ਨਾਲ ਜੁੜ ਗਏ ਇਹ ਰੂਟਸ, ਆ ਸਾਰੀ ਰੂਟਸ ਖੜੀ ਆ, ਰੂਟਸ ਨੂੰ ਛੱਡ ਗਏ, ਰੂਟਸ ਜਿਹੜੀਆਂ ਪਰ ਜੜਾਂ ਤੋਂ ਬਿਨਾਂ ਟਾਹਣੀਆਂ ਪੱਤੇ ਕਿਸੇ ਕੰਮ ਦੇ ਨਹੀਂ ਹੁੰਦੇ। ਬਸ ਉਹੀ ਗੱਲ ਹੋਈ ਜੀ, ਚੀਮਾ ਸਾਹਿਬ ਨਾਲ ਟਾਹਣੀਆਂ ਪੱਤੇ ਜਿਹੜੇ ਉਹ ਸੁੱਕ ਜਾਣੇ ਆ, ਰੂਟਸ ਨੇ ਫਿਰ ਇਹਨੇ ਮੁੱਢ ਸਾਰੇ ਪੁੱਟਦਿਆਂ ਤੋੜ ਲਈ, ਮੁੱਢ ਕੋਈ ਨਹੀਂ ਛੱਡਿਆ, ਪੱਤੇ ਹੈਗੇ ਉਹ ਕਿੱਦਾਂ ਸੁੱਕ ਜਾਣੇ, ਉਹ ਤਾਂ ਝਾੜੀ ਜਾਣੇ ਆ, ਮੁੱਢ ਪੁਰਾਣਾ ਕੋਈ ਨਹੀਂ ਛੱਡਿਆ। 35-40 ਸਰਪੰਚ ਸਾਹਿਬ ਦਾ ਕਹਿੰਦੇ ਵੀ 3-4 ਬੰਦੇ ਆ ਵੀ ਆਉਣ ਵਾਲੇ, ਇਹ ਆ ਜਾਣੇ ਆ, ਉਹ ਤਾਂ ਆ ਹੀ ਜਾਣੇ, ਹੁਣ ਕਿੱਧਰ ਜਾਣੇ ਉਹਦੇ ਨਾਲ ਰਹਿ ਕੇ ਕਰਨਾ ਕੀ ਹੈ ਕਿਸੇ ਜੀ, ਕੀ ਕਰਨਾ ਉਹਦੇ ਨਾਲ ਰਹਿ ਕੇ, ਬੰਦੇ ਸਾਰੇ ਆ ਹੀ ਲਏ ਆ, ਪਰ ਨਵਤੇਜ ਚੀਮਾ ਦਾ ਚੜ੍ਹਦਾ ਸੂਰਜ ਆ ਜਾਂਦਾ, ਚੜ੍ਹਦਾ ਸੂਰਜ ਨੇ ਇਹ ਡੁੱਬਿਆ ਹੋਇਆ ਸੂਰਜ ਵਾ, ਚੜ੍ਹਦਾ ਸੀਗਾ ਜਦੋਂ ਦੋਏ ਕਿਸੇ ਨੂੰ ਨਹੀਂ ਕਦਾ ਦੇਖਦਾ ਜੀ। ਗੁੱਸਾ ਬੜਾ ਗੁੱਸਾ ਦੇ ਨਾ ਵਿੱਚ ਇਦਾਂ, ਜਿਵੇਂ ਕਿਸੇ ਜ਼ਮੀਨ ਜਾਂ ਬਾਟੋ ਦਾ ਰੌਲਾ ਹੁੰਦਾ, ਕਿਹੜੀ ਪੜਾਸ ਏਡੀ ਨਾ ਚ ਬੜੀ ਆ, ਕਸਰੀ ਛੱਡੀ ਦੀ ਗੱਲ ਦੀ, ਮੈਂ ਕਿਹਾ ਉਸ ਬੰਦੇ ਨੇ ਕਿਸੇ ਬੰਦੇ ਦਾ ਕਸਰ ਨਹੀਂ ਛੱਡੀ ਕਹਿੰਦਾ, ਜਿਹਦਾ ਕੀਤਾ ਧੱਕੇ ਕੀਤੇ ਸੀ, ਉਹ ਕੀਤਾ ਲੁੱਟਿਆ ਛੁੱਟਿਆ। ਬਾਕੀ ਹੁਣ ਸ਼ਹਿਰਾਂ ਦੇ ਵਿੱਚ ਕੀ ਆਵਾਜ਼ ਆ, ਤੁਸੀਂ ਸਰਪੰਚ ਹੋ, ਪਿੰਡੂ ਬੋਰਡ ਚਲੋ ਮੈਨੂੰ ਲੱਗ ਰਹੀ ਆ, ਸ਼ਹਿਰਾਂ ਦੇ ਵਿੱਚ ਕੀ ਰਿਸਪੌਂਸ ਆ? ਸ਼ਹਿਰਾਂ ਵਿੱਚ ਬਾਬੇ ਨਾਨਕ ਜੀ ਦਾ 550 ਸਾਲਾ ਗੁਰਪੁਰਬ ਲੰਘ ਕੇ ਗਿਆ ਅਤੇ 550 ਕਰੋੜ ਰੁਪਈਆ ਸੁਲਤਾਨਪੁਰ ਨੂੰ ਆਇਆ, ਅਤੇ ਤੁਸੀਂ ਮੈਨੂੰ ਦੱਸ ਦਿਓ, ਮੇਰਾ ਖਿਆਲ ਵੀ ਇੱਥੇ 10-20 ਕਰੋੜ ਤੋਂ ਉੱਤੇ ਪੈਸੇ ਨਹੀਂ ਗਏ, ਸਾਰੇ ਹੀ ਚੀਮਾ ਹਜ਼ਮ ਕਰ ਗਿਆ ਕਿ ਤੂੰ ਅੱਧੇ ਇਹਨਾਂ ਤੁਹਾਨੂੰ ਦੱਸ ਦਿੰਦੇ ਹਾਂ, ਬੇਨਤੀ ਕਰ ਦਿੰਦੇ ਹਾਂ, ਇੰਦਰ ਪ੍ਰਤਾਪ ਕੋਈ ਆਇਆ ਏਰੀਏ 'ਚ ਨਹੀਂ ਆਇਆ, ਇੰਦਰ ਪ੍ਰਤਾਪ ਆਇਆ ਤਾਂ ਬਾਬੇ ਨਾਨਕ ਨੇ ਸਾਡੀਆਂ ਅਰਦਾਸਾਂ ਕਰਕੇ ਘਲਾਇਆ, ਸਾਡੀਆਂ ਅਰਦਾਸਾਂ ਨਾ ਹੁੰਦੀਆਂ ਤਾਂ ਇਹਨੇ ਸਾਨੂੰ ਇਹਨੂੰ ਆ 4 ਮਹੀਨੇ ਇਲੈਕਸ਼ਨ ਪਹਿਲਾਂ ਕੀ ਸੀ ਸੁਲਤਾਨਪੁਰ ਦੀ, 4 ਮਹੀਨੇ ਇਹ ਕਹਿੰਦਾ ਸੀ ਬੰਦਾ ਵਿਰੋਧੀ ਕੋਈ ਨਹੀਂ, ਬਾਬੇ ਨਾਨਕ ਨੇ ਸਾਡੀਆਂ ਅਰਦਾਸਾਂ ਸੁਣ ਕੇ ਇੰਦਰ ਪ੍ਰਤਾਪ ਨੂੰ ਘਲਾਇਆ, ਅੱਜ ਮੈਂ ਅਜੋ ਸੀਟ ਜਿੱਤਣੀ ਹੈ ਜੋ। ਜੇ ਰਾਣਾ ਇੰਦਰ ਪ੍ਰਤਾਪ ਨਾ ਹੁੰਦੇ ਤਾਂ ਤੁਸੀਂ ਸਾਰੇ ਕਿੱਥੇ ਹੁੰਦੇ? ਅਸੀਂ ਕੈਪਟਨ ਆ, ਅਸੀਂ ਤੇਜ਼ੀ ਨਾਲ ਥੋੜ੍ਹੇ ਜਾਣਾ, ਅਸੀਂ ਕੈਪਟਨ ਹਰਮਿੰਦਰ ਨਾ ਸੀ ਜੇ ਰਾਣਾ ਜੀ ਨਾ ਆਉਂਦੇ, ਤੁਸੀਂ ਅਕਾਲੀ ਦਲ ਜਾਣਾ ਸੀ? ਹਾਂ, ਮੇਰਾ ਕੰਪਲੈਕਸ ਆ, ਮੈਂ ਉੱਥੇ ਕੈਪਟਨ ਹਰਮਿੰਦਰ ਦਾ ਦਫ਼ਤਰ ਖਲਾਇਆ। ਤੁਸੀਂ ਵੀ ਅਕਾਲੀ ਦਲ ਜਾਣਾ? ਅਸੀਂ ਪੱਕੇ ਗਏ ਸੀ, ਤੁਸੀਂ ਅਸੀਂ ਤਾਂ ਅੱਗੇ ਅਕਾਲੀ ਸੀ, ਅਸੀਂ ਅਕਾਲੀ ਦਲ 'ਚ ਰਹਿਣਾ ਸੀ। ਤੁਸੀਂ ਕਿੱਥੇ ਜਾਣਾ ਸੀ? ਹਾਂਜੀ, ਅਕਾਲੀ ਦਲ ਜਾਣਾ ਸੀ। ਹਾਂਜੀ ਹਾਂਜੀ, ਤੁਸੀਂ ਕਿੱਥੇ ਜਾਣਾ? ਅਕਾਲੀ। ਇਹ ਤਾਂ ਇਦਾਂ ਬਈ ਨਹੀਂ, ਇੱਕ ਗੱਲ ਦੀ ਮੋਹਰ ਲੱਗਦੀ ਆ, ਇੱਕ ਗੱਲ ਦੀ ਮੋਹਰ ਲੱਗਦੀ ਆ ਵੀ ਰਾਣਾ ਗਜੀਤ ਸਿੰਘ ਬੜੀਆਂ ਬਾਹਾਂ ਖਣੇ ਵਰਗੇ ਗੱਲ ਕਹਿੰਦੇ ਸੀ ਵੀ ਜੇਕਰ ਮੈਂ ਸੁਲਤਾਨਪੁਰ ਲੋਧੀ ਨਾ ਗਿਆ ਤਾਂ ਜਿਹੜੀ ਕਾਂਗਰਸ 40-40-50 ਸਾਲ ਦੀ ਕਾਂਗਰਸ ਖਤਮ ਹੋ ਜਾਣੀ ਆ, ਸਾਰੇ ਉਹ ਲੋਕ ਅਕਾਲੀ ਦਲ ਦੇ ਵਿੱਚ ਜਾਣੇ ਆ, ਅਤੇ ਸਾਨੂੰ ਲੱਗਦਾ ਸੀ ਇਹ ਇੱਕ ਸਿਆਸੀ ਬਿਆਨ ਹੈਗਾ, ਸਿਰਫ ਲੋਕਾਂ ਨੂੰ ਘੁਮਾਉਣ ਲਈ ਹੈਗਾ, ਪਰ ਆਹ ਜਿਹੜੀ ਟੀਮ ਖੜੀ ਆ ਤੁਹਾਡੇ ਸਾਹਮਣੇ ਆ, ਤੁਹਾਡੇ ਆਪਣੇ ਚਿਹਰੇ ਆ, ਲੋਕਲ ਚਿਹਰੇ ਆ, ਇਹ ਕਹਿੰਦੇ ਆ ਵੀ ਜੇ ਸਾਡੇ ਕੋਲ ਰਾਣਾ ਇੰਦਰ ਪ੍ਰਤਾਪ ਨਾ ਆਉਂਦਾ ਅਤੇ ਜਿੰਨੇ ਵੀ ਆ ਕਾਂਗਰਸੀ ਵੱਡੇ ਚਿਹਰੇ ਆ, ਕਾਂਗਰਸੀ ਇਹ ਲੀਡਰ ਹੈਗੇ ਆ, ਇਹਨਾਂ ਨੇ ਸਾਰਿਆਂ ਨੇ ਛੱਡ ਕੇ ਅਕਾਲੀ ਦਲ ਦੇ ਵਿੱਚ ਜਾਣਾ ਸੀ, ਜੇਕਰ ਇੱਥੇ ਕਾਂਗਰਸ ਬਚੀ ਆ, ਪੁਰਾਣੇ ਲੀਡਰ ਜੇ ਇਹ ਬਚੇ ਹੈਗੇ ਜੱਦੀ ਪਹੁੰਚੀ ਅਤੇ ਰਾਣਾ ਗੁਰਜੀਤ ਸਿੰਘ ਦੀ ਬਦੌਲਤ ਬਚੇ ਆ, ਅਤੇ ਰਾਣਾ ਜੀ ਤਾਂ ਇਹ ਕਹਿੰਦੇ ਵੀ ਰਾਣਾ ਇੰਦਰ ਪ੍ਰਤਾਪ ਜਿੱਤ ਕੇ ਵੀ ਕਾਂਗਰਸ ਦੇ ਜਿੱਤ ਕੇ ਤਾਂ ਰਾਣਾ ਜੀ ਦੇ ਵੱਸ ਨਹੀਂ, ਅਸੀਂ ਵੇਖਾਂਗੇ ਵਰਕਰ ਯਾਰ ਕਿੱਧਰ ਜਾਣਾ, ਅਸੀਂ ਰਾਣਾ ਅਸੀਂ ਜੇ ਵੋਟਾਂ ਪਾਉਣੀਆਂ ਤਾਂ ਅਸੀਂ ਵੇਖਾਂਗੇ ਨਾ ਇੰਦਰ ਪ੍ਰਤਾਪ ਨੂੰ ਕਿੱਧਰ ਖੜਨਾ ਮੁੜ ਕੇ, ਇੰਦਰ ਪ੍ਰਤਾਪ ਸਾਡੇ ਤੋਂ ਬਾਹਰ ਨਹੀਂ ਗਾ।
ਉਹਨਾਂ ਕੰਮ ਕਰ ਦਿੰਦਾ ਤੁੰਨ ਕੇ ਥਾਣੇ ਜਾਂਦਾ ਜਿੰਨੀ ਜ਼ਿੰਦਗੀ ਹੋ ਗਈ ਜੀ ਮੇਰੇ ਕਾਲੀਆਂ ਦਾ ਵਿਰੋਧ ਤਾਂ ਸ਼ੁਰੂ ਤੋਂ ਰਹੀ ਹੈ ਜਦੋਂ ਕੈਪਟਨ ਸਾਹਿਬ ਆਏ ਅਸੀਂ ਬੇਰ ਸਾਹਿਬ ਨੇ ਖੰਡ ਪਾਠ ਸਰਾਇਆ ਮੈਂ ਮੱਥਾ ਟੇਕਣ ਗਿਆ ਦੂਜੇ ਦਿਨ ਇਹਨੇ ਬੰਦੇ ਘਰੇ ਖਲਾਤੇ ਆ ਯਾਰ ਦੱਸੋ ਕੀ ਗੱਲ ਆ ਇਹਦੀਆਂ ਦੂਜੇ ਦਿਨ ਹੀ ਬੰਦੇ ਕੀ ਕਹਿੰਦੇ ਘਰ ਆ ਪਖਾਇਆ ਸੀ ਬੰਦੇ ਕਹਿੰਦੇ ਵੀ ਗਲਤੀਆਂ ਹੋ ਗਈਆਂ ਚਲੋ ਨਾਲ ਮੈਂ ਕਹਾਂ ਕਿ 50 ਸਾਲ ਦੀਆਂ ਗਲਤੀਆਂ ਤੇ 5 ਸਾਲ ਹੋ ਗਏ ਅੱਜ ਦੱਸਦਾ ਗੱਲ ਇਹ ਖਤਮ ਹੋਇਆ ਪਿਆ ਅਸੀਂ ਇਹਨੂੰ ਮਰਿਆ ਕਹਿੰਦੇ ਜੀਦਾ ਨਹੀਂ ਕਹਿੰਦੇ ਰਾਤ ਨੇ ਪੁਲਿਸ ਭੇਜੀ ਬਾਊਪੁਰ ਸਾਡੇ ਕਾਂਗਰਸ ਦੇ ਬੰਦੇ ਆ ਰਾਤ ਮੀਨਸ ਹੁਣ ਕੱਲ ਰਾਤ ਨੇ ਗਿਆ ਕਬੀਰਪੁਰ ਥਾਣਾ ਸੱਚੋ ਗਿਆ ਉਹਨਾਂ ਦਾ ਕ੍ਰੋਸ ਪਰਚਾ 23-24 ਦਾ ਪਰਚਾ ਬਿਆਨ ਬੂ ਨੂੰ ਰਾਜੀਨਾਮਾ ਹੋਇਆ ਰਾਤੀ ਜਾ ਕੇ ਉਹਨਾਂ ਨੇ ਬੰਦਿਆਂ ਦੀ ਸਾਡੇ ਨਾਲ ਫੋਟੋ ਆ ਗਈਆਂ ਇਹਨੇ ਉੱਥੇ ਭੇਜੇ ਮੈਂ ਇਹਨੂੰ ਆਖਿਆ ਵੀ ਇੱਥੇ ਐਸਐਚਓ ਨੂੰ ਟੱਕੋ ਮੈਂ ਤੁਰਿਆ ਆਉਣਾ ਵਾਂ ਇਹਨੂੰ ਦਿੰਨੇ ਲੂਣ ਵੀ ਇਹ ਕਿਹੜਾ ਐਸਐਚਓ ਆ ਗਿਆ ਇੱਥੇ ਚਲੋ ਸਾਡੇ ਸਰਪੰਚ ਉੱਥੇ ਗਏ ਐਸਐਚਓ ਮਾਫੀ ਮੰਗ ਕੇ ਆ ਇਹਨੇ ਭੇਜਿਆ ਬੜੀ ਤੁਸੀਂ ਤਿੱਖੀ ਲੜਾਈ ਲੜ ਰਹੇ ਹੋ ਵੀ ਆਰ ਮਾਰ ਦੀ ਲੜਾਈ ਲੜ ਰਹੇ ਹੋ ਤੁਸੀਂ ਸਾਡੇ ਇੱਕ ਮਿੰਟ ਅਸੀਂ ਇਹਨੇ ਸੱਦੋ ਉਹਨੂੰ ਸਾਡੇ ਸਾਹਮਣੇ ਆਵੇ ਇੱਥੇ ਉਹ ਦੱਸੇ ਵੀ ਕਾਂਗਰਸੀ ਕੌਣ ਆਏ ਇੱਥੇ ਆਵੇ ਸਾਡੇ ਸਾਹਮਣੇ ਇੱਕ ਡਿਬੇਟ ਚ ਅਲਜਰਬਰ ਆਇਆ ਅੱਜ ਤੋਂ 3 ਮਹੀਨੇ ਜੀ ਉਹ ਕਹਿੰਦਾ ਮੈਂ ਬਹੁਤ ਪੱਕਾ ਕਾਂਗਰਸੀ ਹਾਂ ਜਦੋਂ ਦੋ ਵਾਰ ਰਾਜਨਵੀਰ ਨੇ ਇਲੈਕਸ਼ਨ ਲੜੀ ਇਹਨੇ ਕਿੰਨੂੰ ਵੋਟਾਂ ਪਾਈਆਂ ਸਾਨੂੰ ਦੱਸਿਆ ਇਹੀ ਪਾਈਆਂ ਰਾਜਨਵੀਰ ਨੂੰ ਵੋਟਾਂ ਅਸੀਂ ਗੱਜ ਕੇ ਪਾਈਆਂ ਕਾਂਗਰਸ ਦੇ ਨਾਲ ਖੜੇ ਰਹੇ ਜੰਮ ਕੇ ਇਹਨੇ ਕਿੱਥੇ ਪਾਈਆਂ ਉਦੋਂ ਤੁਸੀਂ ਦੱਸ ਦਿਓ ਕਿੱਥੇ ਪਾਈਆਂ ਅਕਾਲੀ ਦਲ ਨੂੰ ਬੀਬੀ ਨੂੰ ਪਾਈਆਂ ਇਹਨੇ ਅਲਜਰਬਰ ਆਇਆ ਦਿੱਲੀਓ ਕਪੂਰਥਲੇ ਪਾਈਆਂ ਸਾਡੇ ਸਾਹਮਣੇ ਆ ਕੇ ਦੱਸੇ 200 ਬੰਦਾ ਸੀ ਇਹਦੇ ਨਾਲ 5 ਬੰਦੇ 10 ਗਏ ਇੱਥੋਂ ਅਸੀਂ ਆਖਿਆ ਸਦੋ ਅਲਜਰਬਰ ਨੂੰ ਮੈਂ ਕਿਹਾ ਸਦੋ ਇੱਥੇ ਐਮਐਲਏ ਨੂੰ ਤੁਸੀਂ ਦਿੱਲੀਓ ਆਏ ਆ ਕਾਂਗਰਸ ਪਾਰਟੀ ਨੇ ਤੁਹਾਨੂੰ ਭੇਜਿਆ ਸਰਵਾ ਕਰਨ ਲਈ ਉਹਨੂੰ ਇੱਥੇ ਸੱਦੋ ਉਹਨੂੰ ਪਤਾ ਲੱਗਿਆ ਹਾਲੇ 13 ਬਲਾਕ ਸੰਮਤੀ ਮੈਂਬਰ ਇਹ ਕੌਣ ਆ ਕਿਹਦੇ ਕਾਂਗਰਸ ਦੇ ਕਿਹਦੇ ਆ ਆ 25-30 ਸਰਪੰਚ ਖੋਦੇ ਹੁਣ ਤੱਕ ਦੀਆਂ ਇਲੈਕਸ਼ਨਾਂ ਤਾਂ ਪੰਜਾਬ 'ਚ ਬੜੀਆਂ ਹੋਈਆਂ ਪਾਰਟੀਆਂ ਭਾਵੇਂ ਕੋਈ ਹੋਵੇ ਪਰ ਇਦਾਂ ਬੇਰ ਕੇ ਇਦਾਂ ਤਿੱਖੀ ਆਰ ਪਾਰ ਦੀ ਲੜਾਈ ਕਿਸੇ ਪਾਰਟੀ ਦਾ ਵਰਕਰ ਨਹੀਂ ਲੜਦਾ ਭਾਵੇਂ ਅਕਾਲੀ ਦਲ ਹੋਵੇ ਤੇ ਭਾਵੇਂ ਕਾਂਗਰਸ ਹੋਵੇ ਪਰ ਇੱਥੇ ਰਾਣਾ ਇੰਦਰ ਪ੍ਰਤਾਪ ਸਿੰਘ ਆਜ਼ਾਦ ਉਮੀਦਵਾਰ ਆ ਤੇ ਇਹ ਬੇਰ ਕੇ ਲੜਾਈਆਂ ਲੜ ਰਹੇ ਆ ਕਹਿੰਦੇ ਜਿਸ ਤਰ੍ਹਾਂ ਵੀ ਸਾਨੂੰ ਕਰਨਾ ਪਿਆ ਇਲੈਕਸ਼ਨ ਜਿੱਤਣੀਆਂ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਨੌਜਵਾਨ ਪੀੜ੍ਹੀ ਇੱਥੇ ਵੱਡੇ ਵੱਡੇ ਸੁਲਤਾਨਪੁਰ ਦੇ ਵਿੱਚ ਵੋਟ ਲਾ ਦਿੱਤੇ ਲੋਕਾਂ ਨੇ ਲੋਕੀ ਕਹਿੰਦੇ ਆ ਵੀ ਜਿੱਥੇ ਰਾਣਾ ਉੱਥੇ ਜਾਣਾ ਤੇ ਬਹੁਤ ਵੱਡਾ ਕਰੇਜ਼ ਆ ਆ ਜੋਸ਼ ਤੁਹਾਡੇ ਸਾਹਮਣੇ ਆ ਬਹੁਤ ਵੱਡੀ ਹਵਾ ਰਾਣਾ ਰਾਣਾ ਸਾਡਾ ਰਾਣਾ ਜਿੱਥੇ ਰਾਣਾ ਉੱਥੇ ਜਾਣਾ ਉਹੋ ਜਿਹੀਆਂ ਗੱਲਾਂ ਚੱਲ ਰਹੀਆਂ ਕੈਮਰਾਮੈਨ ਸੁਖਨੰਦ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਸੁਲਤਾਨਪੁਰ ਲੋਧੀ ਸੰਤਾਨ ਪ੍ਰਾਪਤੀ ਕਾਰੋਬਾਰ ਵਿੱਚ ਘਾਟਾ ਵਿਦੇਸ਼ ਯਾਤਰਾ ਵਿੱਚ ਦੇਰੀ ਪਤੀ ਪਤਨੀ ਵਿੱਚ ਕਲੇਸ਼ ਪੜ੍ਹਾਈ ਵਿੱਚ ਮਨ ਨਾ ਲੱਗਣਾ ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ ਇੱਕ ਵਾਰ ਫੋਨ ਜ਼ਰੂਰ ਕਰੋ ਤੁਹਾਡਾ ਇੱਕ ਫੋਨ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰਨ ਹੁਣ ਸੁਪਨੇ ਦੇਖਣਾ ਛੱਡੋ ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ ਫੋਨ ਨੰਬਰ 9991504350